ਕੋਸ਼ੂ ਬੋਲ ਰਿਹਾ ਹੈ ਕਈ ਵਾਰੀ ਇਹ ਦਿਲੋਂ ਨਹੀਂ ਬੋਲਦਾ ਦਿਮਾਗੀ ਬੋਲਦਾ ਹੁਣ ਜਿਹੜੀ ਚੀਜ਼ ਦਿਲੋਂ ਨਹੀਂ ਬੋਲੀ ਜਾ ਰਹੀ ਸਿਰਫ ਤੇ ਸਿਰਫ ਦਿਮਾਗ ਦੇ ਨਾਲ ਬੋਲੀ ਜਾ ਰਹੀ ਹੈ ਦਿਮਾਗ ਦੇ ਨਾਲ ਬੁੱਧੀ ਦੇ ਨਾਲ ਘੜ ਕੇ ਬਣਾਈ ਜਾ ਰਹੀ ਹੈ ਉਹਦੇ ਫਿਰ ਫਿਰ ਪਿੱਛੇ ਪ੍ਰਯੋਜਨ ਵੀ ਹੋਣਗੇ ਇੱਕ ਠੱਗ ਵੀ ਉਹ ਵਾਲੇ ਬੋਲ ਬੋਲ ਲੈਂਦਾ ਹੈ ਉਹ ਵਾਲੀਆਂ ਪੰਕਤੀਆਂ ਬੋਲ ਲੈਂਦਾ ਹੈ ਗੀਤਾ ਦੇ ਸ਼ਲੋਕ ਪੜ੍ਹ ਲੈਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲੈਂਦਾ ਹੈ ਜਿਹੜਾ ਇੱਕ ਗਿਆਨੀ ਫੜਦਾ ਹੈ ਬੋਲ ਉਹਦੇ ਸੇਵ ਨੇ ਪਰ ਇੱਕ ਦਿਲੋਂ ਗੀਤ गा ਰਿਹਾ ਹੈ ਇੱਕ ਦਿਮਾਖੀ ਗਾ ਰਿਹਾ ਹੈ ਕਿਉਂ ਕਿਸੇ ਨੂੰ ਜਾਲ ਵਿੱਚ ਫਸਾਉਣ ਦੇ ਲਈ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੁਰਦੇ ਤੁਰਦੇ ਜਦੋਂ ਸੱਜਣ ਠੱਗ ਦੇ ਕੋਲ ਪਹੁੰਚੇ ਇੱਕ ਸੱਜਣ ਨਾਲ ਦਾ ਵਿਅਕਤੀ ਜਿਨੇ ਮੰਦਰ ਵੀ ਬਣਾਇਆ ਹੈ ਮਸਜਿਦ ਵੀ ਬਣਾਈ ਹੈ ਲੋਕ ਉਹਦੇ ਘਰ ਆਉਂਦੇ ਨੇ ਉੱਥੇ ਬੈਠ ਕੇ ਧਰਮ ਦੀਆਂ ਗੱਲਾਂ ਹੁੰਦੀਆਂ ਨੇ ਪਰ ਉਹਨੇ ਮੰਦਰ ਵੀ ਬਣਾਇਆ ਹੈ ਧਰਮਸ਼ਾਲਾ ਵੀ ਬਣਾਈ ਹੈ ਪਰ ਦਿਲੋਂ ਨਹੀਂ ਬਣਾਈ ਪ੍ਰਯੋਜਨ ਉਹਦਾ ਦਿਮਾਖੀ ਹੈ ਉਹ ਦਿਮਾਗ ਦੇ ਨਾਲ ਉਹਨੇ ਆਪਣੇ ਜੀਬ ਦੇ ਉੱਤੇ ਬੋਲ ਉਹ ਧਰੇ ਨੇ ਜਿਹੜੇ ਸਾਧੂ ਬੋਲਦੇ ਨੇ ਪਰ ਕਿਸੇ ਨੂੰ ਲੁੱਟਣ ਦੇ ਲਈ ਸਾਧ ਸੰਗਤ ਇੱਕ ਡਾਕੂ ਚੋਰ ਤੇ ਠੱਗ ਕੈਟਾਗਰੀ ਇੱਕ ਇੰਟੈਂਸ਼ਨ ਤਿੰਨਾਂ ਦੀ ਇੱਕੋ ਹੈ ਇਰਾਦਾ ਤਿੰਨਾਂ ਦਾ ਇੱਕੋ ਹੈ ਪਰ ਤਿੰਨਾਂ ਦੇ ਜਾਲ ਵੱਖੋ ਵੱਖਰੇ ਨੇ ਲੁੱਟਣ ਦਾ ਤਰੀਕਾ ਵੱਖੋ ਵੱਖਰਾ ਹੈ ਠੱਗ ਵੀ ਠੱਗ ਦਾ ਵੀ ਪ੍ਰਯੋਜਨ ਪੈਸਾ ਹੈ ਚੋਰ ਦਾ ਵੀ ਪੈਸਾ ਹੈ ਡਾਕੂ ਦਾ ਵੀ ਪੈਸਾ ਹੈ ਪਰ ਤਿੰਨਾਂ ਦੇ ਤਰੀਕੇ ਵੱਖੋ ਵੱਖਰੇ ਨੇ ਚੋਰੀ ਉਹ ਹੈ ਜਿਹੜੀ ਸੁੱਤਿਆਂ ਹੋਏ ਲੁੱਟ ਉਹ ਹੈ ਜਿਹੜੀ ਜਾਗਦਿਆਂ ਹੋਏ ਥੱਗ ਉਹ ਹੈ ਜਿਹੜਾ ਸਾਡੇ ਨਾਲ ਗੱਲਾਂ ਕਰਕੇ ਲੈ ਜਾਏ ਚੋਰ ਸੁੱਤਿਆਂ ਲੁੱਟਦੇ ਨੇ ਜਿਹੜੇ ਲੁਟੇਰੇ ਨੇ ਅੱਖਾਂ ਖੁੱਲੀਆਂ ਨੇ ਧੱਕੇ ਨਾਲ ਖੋਲ ਲੈਂਦੇ ਨੇ ਇੱਕ ਠੱਗ ਨੇ ਧੱਕੇ ਨਾਲ ਵੀ ਨਹੀਂ ਖੁੰਦੇ ਸੁੱਤਿਆਂ ਵੀ ਨਹੀਂ ਖੁੰਦੇ ਗੱਲਾਂ ਕਰਕੇ ਆਪਣਾ ਬਣਾ ਕੇ ਠੱਗ ਲੈਂਦੇ ਨੇ ਉਹਨੂੰ ਠੱਗ ਕਹਿੰਦੇ ਨੇ ਹੁਣ ਸੱਜਣ ਨੇ ਠੱਗ ਹੈ ਉਹਦਾ ਨਾਮ ਠੱਗ ਹੈ ਬਾਅਦ ਇਤਿਹਾਸ ਵਿੱਚ ਪਿਆ ਉਦੋਂ ਤੇ ਭਾਈ ਸੱਜਣ ਹੋਏਗਾ ਠੱਗ ਤੇ ਅਸੀਂ ਕਹਿੰਦੇ ਆ ਉਹਦਾ ਕਰਮ ਵੇਖ ਕੇ ਪਹਿਲਾਂ ਤੇ ਉਹਨੂੰ ਠੱਗ ਕੋਈ ਨਹੀਂ ਕਹਿੰਦਾ ਹੋਏਗਾ ਗੁਰੂ ਨਾਨਕ ਸਾਹਿਬ ਉਹਦੇ ਕੋਲ ਗਏ ਮਹਾਰਾਜ ਦੇ ਨਾਲ ਉਹ ਜਿਹੜੀਆਂ ਗੱਲਾਂ ਕਰਦਾ ਧਰਮ ਦੀਆਂ ਮਹਾਰਾਜ ਕਹਿੰਦੇ ਨੇ ਤੁਹਾਡਾ ਨਾਮ ਕੀ ਹੈ ਹੁਣ ਉਹ ਪਤਾ ਕੀ ਕਹਿੰਦਾ ਅੱਗੋਂ ਮਹਾਰਾਜ ਨਾਮਾਂ ਵਿੱਚ ਕੀ ਰੱਖਿਆ ਹੈ ਸਰੀਰ ਦੇ ਆ ਨਾਮਾਂ ਵਿੱਚ ਕੀ ਰੱਖਿਆ ਹੈ ਸਰੀਰ ਤੇ ਖਤਮ ਹੋ ਜਾਣਾ ਹੈ ਹੁਣ ਗਿਆਨ ਦੀ ਗੱਲ ਤੇ ਸੱਜਣ ਵੀ ਕਰੇ ਇਹ ਹੀ ਗੱਲ ਇੱਕ ਸੰਤ ਵੀ ਕਰਦਾ ਹੈ ਸਰੀਰ ਨਾਸ਼ਵੰਤ ਹੈ ਇਹ ਗੱਲ ਸੱਜਣ ਵੀ ਕਰਦਾ ਹੈ ਪਰ ਸੱਜਣ ਦਿਮਾਖੋਂ ਲੱਗਿਆ ਹੈ ਭਗਤ ਦਿਲੋਂ ਕਹਿੰਦਾ ਹੈ ਉਹਨੇ ਗਿਆਨ ਦੀ ਰਬਟ ਚੜਾਈ ਹੋਈ ਹੈ ਉਹਨੂੰ ਪਤਾ ਨਹੀਂ ਹੈ ਹੁਣ ਸੱਜਣ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬੜੀਆਂ ਗੱਲਾਂ ਕੀਤੀਆਂ ਧਰਮ ਦੇ ਬਾਰੇ ਪਰ ਉਹ ਸੱਜਣ ਫਿਰ ਵੀ ਕਿਉਂ ਵੇਖੋ ਸੱਜਣ ਜਿਹੜਾ ਪਹਿਰਾਵਾ ਹੈ ਜਿਹੜਾ ਦਿਖਾਵਾ ਹੈ ਉਹ ਧਾਰਮਿਕ ਹੈ ਪਰ ਉਹਦੀ ਜਿਹੜੀ ਆਤਮਾ ਹੈ ਉਹ ਜੀਵ ਆਤਮਾ ਉਹ ਧਾਰਮਿਕ ਨਹੀਂ ਹੈ ਵਿਚਾਰ ਧਾਰਮਿਕ ਨਹੀਂ ਹਨ ਦਿਮਾਗੀ ਤੌਰ ਤੇ ਧਾਰਮਿਕ ਹੈ ਦਿੱਲੀ ਤੌਰ ਤੇ ਅਧਾਰਮਿਕ ਹੈ ڈاکੂ ਹੈ ਕਈ ਲੋਕ ਬਾਹਰੀ ਤੌਰ ਤੇ ਧਾਰਮਿਕ ਨੇ ਅੰਦਰੋਂ ਪੂਰੇ ਅਧਾਰਮਿਕ ਨੇ ਕਈ ਅੰਦਰੋਂ ਧਾਰਮਿਕ ਨੇ ਬਾਹਰੋਂ ਪ੍ਰਾਵਾ ਨਹੀਂ ਹੈ ਇਹ ਜ਼ਰੂਰੀ ਨਹੀਂ ਹੈ ਜਿਹੜਾ ਧਾਰਮਿਕ ਹੈ ਉਹਦੇ ਧਾਰਮਿਕ ਲਿਬਾਸ ਵੀ ਹੋਣਾ ਜ਼ਰੂਰੀ ਹੈ ਇਹ ਕੋਈ ਵੱਡੀ ਗੱਲ ਨਹੀਂ ਧਾਰਮਿਕਤਾ ਹੋਣ ਵਾਸਤੇ ਬਾਹਰੀ ਲਿਬਾਸ ਕੋਈ ਜ਼ਰੂਰੀ ਨਹੀਂ ਹੈ ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ ਮਹਾਰਾਜ ਕਹਿੰਦੇ ਯੋਗ ਯੋਗ ਸ਼ਬਦ ਵਰਤਿਆ ਯੋਗ ਦਾ ਮਤਲਬ ਹੁੰਦਾ ਜੁੜਨਾ ਪਰਮੇਸ਼ਰ ਦੇ ਨਾਲ ਜੁੜਨਾ ਜੁੜਨ ਵਾਸਤੇ ਕੱਪੜਿਆਂ ਦੀ ਲੋੜ ਨਹੀਂ ਕਿਸੇ ਸਪੈਸੀਫਿਕ ਕਿਸੇ ਰੰਗ ਦੀ ਲੋੜ ਨਹੀਂ ਔਰ ਯੋਗ ਵਾਸਤੇ ਹਰ ਛੱਡ ਕੇ ਮੈਲੇ ਵਸਤਰ ਪਾਉਣ ਦੀ ਵੀ ਲੋੜ ਨਹੀਂ। ਯੋਗ ਤੇ ਮਨੁੱਖ ਨੂੰ ਜਿੱਥੇ ਬੈਠਾ ਉੱਥੇ ਹੀ ਹੋ ਸਕਦਾ ਹੈ ਯੋਗ ਤੇ ਜੁੜਨਾ ਹੈ। ਜੁੜਿਆ ਕਿਤੇ ਵੀ ਜਾ ਸਕਦਾ ਹੈ। ਜੁੜਨਾ ਸਰੀਰ ਨੇ ਜੁੜਨਾ ਹੈ। ਜੇ ਸਰੀਰ ਨੇ ਕਿਸੇ ਧਰਮ ਦੇ ਨਾਲ ਜੁੜਨਾ ਹੈ ਫਿਰ ਉਹਨੂੰ ਧਾਰਮਿਕ ਲਿਬਾਸ ਪਾਉਣਾ ਪੈਂਦਾ ਹੈ। ਜੇ ਜੀਵ ਆਤਮਾ ਨੇ ਪਰਮੇਸ਼ਰ ਨਾਲ ਜੁੜਨਾ ਹੈ ਉਹਨੂੰ ਵੀ ਇੱਕ ਲਿਬਾਸ ਪਾਉਣਾ ਪੈਂਦਾ ਹੈ। ਉਹ ਲਿਬਾਸ ਦੀ ਗੱਲ ਗੁਰੂ ਸਾਹਿਬ ਜੀ ਨੇ ਸੁਖਮਣੀ ਸਾਹਿਬ ਚ ਕੀਤੀ ਹੈ। ਸਭ ਕੁਝ ਜਾਣੈ ਆਤਮ ਕੀ ਰਹਿਤ ਸਿਰਫ ਆਤਮਾ ਦੀ ਰਹਿਤ ਨੂੰ ਰੱਬ ਸਭ ਕੁਝ ਜਾਣਦਾ ਹੈ ਇੱਥੇ ਬਾਬਾ ਫਰੀਦ ਸਾਹਿਬ ਜੀ ਨੇ ਵੀ ਗੱਲ ਕੀਤੀ ਹੈ ਕਿਹੜੇ ਮੈਂ ਵਸਤਰ ਪਾਵਾਂ ਕਿਹੜੇ ਸ਼ਬਦ ਮੂੰਹ ਚੁਕਾਵਾਂ ਵੀ ਰੱਬ ਨੂੰ ਪਾ ਜਾਵਾਂ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਣੀਆਂ ਮੰਤ ਹੁਣ ਉਹ ਉਹਦਾ ਜਵਾਬ ਦਿੰਦੇ ਨੇ ਨਿਮਣ ਸੋ ਅੱਖਰ ਖਮਣ ਗੁਣ ਜੇਹ ਬਾ ਮਣੀਆਂ ਮੰਤ ਇਤਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਇਹ ਇਰਹਿਤ ਹੁਣ ਸੱਜਣ ਲਿਬਾਸ ਧਾਰਮਿਕ ਹੈ ਦਿਮਾਖੀ ਤੌਰ ਤੇ ਧਾਰਮਿਕ ਬਣਿਆ ਦਿਲ ਤੇ ਲੁੱਟਣਾ ਚਾਹੁੰਦਾ ਧਾਰਮਿਕ ਮਨੁੱਖਾਂ ਨੂੰ ਲੁੱਟ ਲੈਂਦਾ ਹੁਣ ਮਹਾਰਾਜ ਸਾਹਿਬ ਜੀ ਨੇ ਉਹਦੇ ਵਾਸਤੇ ਸ਼ਬਦ ਵੀ ਉਚਾਰਿਆ ਮਹਾਰਾਜ ਕਹਿੰਦੇ ਨੇ ਉਜਲ ਕਹਾਂ ਚਿਲਕਣਾ ਕੋਟਮ ਕਲੜੀ ਮਸ ਤੋਤੇਆਂ ਜੂਠ ਨਾ ਉਤਰੇ ਜੇ ਸੋ ਧਵਣ ਤਿਸ ਕਹਿੰਦੇ ਸੱਜਣ ਜਿਹੜਾ ਕੈਹਾਂ ਦਾ ਭਾਂਡਾ ਹੁੰਦਾ ਹੈ ਨਾ ਉਹਦੀ ਇੱਕ ਖੂਬੀ ਇਹ ਹੈ ਉਹਨੂੰ ਜਿੰਨਾ ਵੀ ਧੋਈ ਜਾਵਾਂਗੇ ਕੈਹਾਂ ਦੀ ਜਿਹੜੀ ਪਿੱਤਲ ਦੀ ਚੀਜ਼ ਹੈ ਜਿੰਨਾ ਵੀ ਉਹਨੂੰ ਬਾਰ-ਬਾਰ ਧੁੰਦੇ ਰਵਾਂਗੇ ਉਹਦੇ ਅੰਦਰੋਂ ਮੈਲ ਜਾਂਦੀ ਹੀ ਨਹੀਂ ਇਸ ਕਰਕੇ ਜਿਹੜੇ ਮਨਮੁਖ ਲੋਕ ਨੇ ਜਿੰਨਾ ਮਰਜ਼ੀ ਵਾਰ ਉਹਨਾਂ ਲਿਵਾਸ ਕਰ ਲੈ ਅੰਦਰੋਂ ਮੈਲ ਨਹੀਂ ਜਾਂਦੀ ਬਾਣੀ ਦੇ ਵਿੱਚ ਅੱਜ ਦਾ ਸ਼ਬਦ ਏਸੇ ਗੱਲ ਤੇ ਹੈ ਰਹਿਤ ਅਵਰ ਕਛ ਅਵਰ ਕਮਾਵਤ ਸ਼ਬਦ ਕੁਛ ਨਹੀਂ ਮੁੱਖੋਂ ਕੁਛ ਕਹਿ ਰਿਆ ਕਮਾ ਕੁਛ ਰਿਆ ਇਹਨੂੰ ਸਾਡੇ ਸਮਾਜ ਦੇ ਵਿੱਚ ਕਥਨੀ ਤੇ ਕਰਨੀ ਦੋ ਸ਼ਬਦ ਵਰਤੇ ਜਾਂਦੇ ਨੇ ਕਈ ਵਾਰੀ ਮਨੁੱਖ ਦੀ ਕਥਨੀ ਕੁਛ ਹੈ ਕਰਨੀ ਕੁਛ ਹੁੰਦੀ ਹੈ ਕਥਨੀ ਦੇ ਵਿੱਚ ਪਰਮਾਤਮਾ ਹੈ ਕਰਨੀ ਦੇ ਵਿੱਚ ਰਕਸ਼ਸ ਹੈ ਹੈਵਰੀ ਕਥਨੀ ਵਿੱਚ ਪਰਮੇਸ਼ਰ ਨਹੀਂ ਐਸਾ ਹੁੰਦਾ ਹੈ ਇਹ ਉਦਾਹਰਣ ਵੀ ਗੁਰਬਾਣੀ ਵਿੱਚ ਆਇਆ ਹੈ ਕਥਨਾ ਦੇ ਵਿੱਚ ਪ੍ਰਮਾਤਮਾ ਨਹੀਂ ਹੈ ਪਰ ਕਰਣੀ ਵਿੱਚ ਪ੍ਰਮਾਤਮਾ ਹੈ ਇਹਦਾ ਉਦਾਹਰਣ ਜਦੋਂ ਭਗਤ ਤਰਲੋਚਨ ਦੀ ਨਾਮਦੇਵ ਜੀ ਦੇ ਕੋਲ ਗਏ ਨਾਮਦੇਵ ਜੀ ਆਪਣੇ ਕੰਮ ਵਿੱਚ ਲੱਗੇ ਹੋਏ ਨਾਲ ਦੀ ਨਾਲ ਇਟਾਂ ਢੋ ਰਹੇ ਨੇ ਸਾਰਾ ਆਪਣਾ ਕੰਮ ਜਿਵੇਂ ਅੱਜ ਕੱਲ੍ਹ ਹੈ ਇੱਕ ਮਨੁੱਖ ਆਪਣਾ ਕੰਮ ਕੋਈ ਵੀ ਕਰ ਰਿਹਾ ਕੋਈ ਦੁਕਾਨ ਤੇ ਬੈਠਾ ਕੋਈ ਵੀ ਕੰਮ ਕਰ ਰਿਹਾ ਪਰ ਉਹਦੀ ਕਰਨੀ ਵਿੱਚ ਪ੍ਰਮਾਤਮਾ ਹੋਣਾ ਜ਼ਰੂਰੀ ਹੈ ਕਥਨੀ ਵਿੱਚ ਭਾਵੇਂ ਨਾ ਵੀ ਹੋਵੇ ਕਿਉਂਕਿ ਕਰਨੀ ਪ੍ਰਵਾਨ ਹੈ ਅਮਲ ਪ੍ਰਵਾਨ ਹੈ ਕਥਨੀ ਪ੍ਰਵਾਨ ਨਹੀਂ ਹੈ ਕਥਨੀ ਨੂੰ ਨਹੀਂ ਵੇਖਿਆ ਜਾਂਦਾ ਕਰਨੀ ਨੂੰ ਵੇਖਿਆ ਜਾਂਦਾ ਹੈ ਇਹਨੇ ਨਾਮਾ ਕਹਿਤ ਲੋਚਨਾ ਮੁਖਤੇ ਨਾਮ ਸਮਾਲ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਨਾਮਦੇਵ ਜੀ ਕਹਿੰਦੇ ਨੇ ਨਾਮਾ ਮਾਹਿਆ ਮੋਹਿਆ ਕਹਿ ਤ੍ਰਿloਚਨ ਮੀਤ ਭਗਤ ਤ੍ਰਿloਚਨ ਜੀ ਕਹਿੰਦੇ ਨੇ ਹੇ ਨਾਮਦੇਵ ਲੋਕੀ ਤੈਨੂੰ ਭਗਤ ਕਹਿੰਦੇ ਨੇ ਤੇਰੇ ਤੇ ਆ ਮੈਂ ਬਾਹਰੀ ਤੌਰ ਤੇ ਕੰਮ ਵੇਖ ਕੇ ਸੋਚ ਰਿਆਂ ਤੇਰੀ ਕਥਨੀ ਤੇ ਕੋਈ ਰੱਬ ਦਾ ਨਾਂ ਲੈ ਹੀ ਨਹੀਂ ਰਹੀ ਤੂੰ ਤੇ ਰੱਬ ਦੀ ਕੋਈ ਗੱਲ ਤੇਰੇ ਅੰਦਰ ਹੈ ਹੀ ਨਹੀਂ ਬਾਹਰੀ ਤੌਰ ਤੇ ਤੂੰ ਧਾਰਮਿਕ ਹੈ ਹੀ ਨਹੀਂ ਤੂੰ ਤੇ ਮਾਇਆ ਦੇ ਵਿੱਚ ਮੋਇਆ ਹੋਇਆ ਹੈ ਆਪਾਂ ਵੀ ਅੱਜ ਇਹ ਕਹਿ ਦਿੰਨੇ ਆ ਆਮ ਕਰਕੇ ਮਨੁੱਖ ਕਹਿੰਦਾ ਜੇ ਬਾਹਰੀ ਤੌਰ ਤੇ ਲਿਬਾਸ ਹੋਏਗਾ ਤਾਂ ਕਿਸੇ ਨੂੰ ਧਾਰਮਿਕ ਕਹਿ ਦਵਾਂਗੇ ਨਹੀਂ ਧਾਰਮਿਕ ਕਹਿਣਾ ਨਹੀਂ ਪੈਂਦਾ ਕਹਿੰਦੇ ਨਹੀਂ ਹੁਣ ਸੱਜਣ ਹੈ ਉਹ ਬਾਹਰੋਂ ਧਾਰਮਿਕ ਹੈ ਅੰਦਰੋਂ ਕੁਝ ਨਹੀਂ ਹੈ ਇਧਰ ਨਾਮਦੇਵ ਜੀ ਨੇ ਬਾਹਰੋਂ ਧਾਰਮਿਕ ਲਿਬਾਸ ਨਹੀਂ ਹੈ ਅੰਦਰੋਂ ਧਾਰਮਿਕ ਨਹੀਂ ਹੁਣ ਇੱਥੇ ਪ੍ਰਵਾਨ ਕੌਣ ਹੋਏ ਸੱਜਣ ਠੱਗ ਨਹੀਂ ਭਗਤ ਨਾਮਦੇਵ ਜੀ ਨਾਮ ਮਾਇਆ ਮੋਹ ਹੈ ਆ ਕਹੇ ਤਲੋਚਨ ਮੀਤ ਕਾਹੇ ਸ਼ਿਪੂ ਸ਼ਾਇਲੇ RAM ਨਾ ਲਾਹੋ ਚੀਤ ਭਗਤ ਨਾਮਦੇਵ ਜੀ ਜਵਾਬ ਕੀਤੇ ਨਾ ਮਾ ਕਹੇ ਤਲੋਚਨਾ ਮੁਖਤੇ RAM ਸਮਾਲ ਹੱਥ ਪਾਉ ਕਰ ਕਾਮ ਸਭ ਚੀਤ ਨਰਿੰਦਰਨ ਨਾਲ ਹੱਥਾਂ ਪਾਵਾਂ ਨਾਲ ਤੇ ਕੰਮ ਕਰਨ ਰੱਬ ਜੀ ਯਾਦ ਰੱਖਣੇ ਚੇਤੇ ਵਿੱਚ ਰੱਖ ਭਾਵੇਂ ਤੇਰੇ ਹੱਥਾਂ ਵਿੱਚ ਨਾ ਹੋਏ ਤੇਰੇ ਸ਼ਰੀਰ ਤੇ ਉਹ ਵਸਤਰ ਨਾ ਹੋਣ ਮਹਾਰਾਜ ਰਹਿਤ ਅਵਰ ਸੱਚੇ ਪਾਤਸ਼ਾਹ ਕਹਿੰਦੇ ਨੇ ਹੋ ਸਕਦਾ ਹੈ ਵਸਤਰ ਭਗਵੇਂ ਹੋਣ ਪਰ ਮਨ ਭਗਵਾਨਾ ਹੋਵੇ ਮਹਾਰਾਜ ਨੇ ਤਾਂ ਹੀ ਕਿਹਾ ਵਸਤਰਾਂ ਦੇ ਨਾਲ ਪਰਮੇਸ਼ਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਬਾਰੀ ਤੌਰ ਤੇ ਸਜਾਵਟ ਦਾ ਪਰਮੇਸ਼ਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਵਸਤਰ ਦਾ ਕੰਮ ਜੇ ਡੈਫੀਨੇਸ਼ਨ ਵੇਖੀਏ ਵਸਤਰ ਦੀ ਕੀ ਡੈਫੀਨੇਸ਼ਨ ਹੈ ਵਸਤਰ ਦਾ ਮਤਲਬ ਹੈ ਜਿਹੜਾ ਸਰੀਰ ਨੂੰ ਢਕੇ ਬਸ ਵਸਤਰ ਦਾ ਇੰਨਾ ਕੰਮ ਹੈ ਔਰੰਗ ਕਿਸੇ ਦਾ ਵੀ ਹੋਏ ਕਿਸੇ ਵੀ ਰੰਗ ਦਾ ਹੋਵੇ ਕਿਸੇ ਵੀ ਵੈਰਾਈਟੀ ਦਾ ਹੋਵੇ ਕੋਈ ਲੈਣਾ ਦੇਣਾ ਨਹੀਂ ਜੋਗ ਨਾ ਭਗਵੀ ਕਪੜੀ ਜੋਗ ਨਾ ਮੈਲੇ ਵੇਸ ਅਨਕ ਘਰ ਬੈਠਿਆਂ ਜੋਗ ਕਮਾਈਐ ਸਤਗੁਰ ਕੈ ਉਪਦੇਸ਼ ਕੋਈ ਜ਼ਰੂਰਤ ਨਹੀਂ ਹੈ ਤੈਨੂੰ ਕਪੜੇ ਪਾਉਣ ਦੀ ਬਾਹਰੋਂ ਧਾਰਮਿਕ ਐਸੀ ਨਹੀਂ ਹੈ ਔਰ ਧਰਮ ਦੇ ਕੋਈ ਵਸਤਰ ਨਿਸ਼ਚਿਤ ਵੀ ਨਹੀਂ ਕੀਤੇ ਹੋਏ ਕਿਸੇ ਨੇ ਇਹ ਨਹੀਂ ਕਿ ਕੁਰਤਾ ਪਜਾਮਾ ਕੋਈ ਨਿਸ਼ਚਿਤ ਹੈ ਚੋਲਾ ਕੋਈ ਨਿਸ਼ਚਿਤ ਹੈ ਐਸਾ ਨਹੀਂ ਹੈ ਗੁਰੂ ਨਾਨਕ ਸਾਹਿਬ ਚਾਰ ਉਦਾਸੀਆਂ ਤੇ ਗਏ ਨੇ ਸਾਧ ਸੰਗਤ ਚਾਰੀ ਵਰੀ ਵਸਤਰ ਉਹਨਾਂ ਦੇ ਅਲੱਗ-ਅਲੱਗ ਸਨ ਹਿੰਦੂ ਤੀਰਥਾਂ ਵੱਲ ਗਏ ਨੇ ਭਗਵੇਂ ਸਨ ਮਹਾਰਾਜ ਮੱਕੇ ਗਏ ਨੇ ਵਸਤਰ ਉਹਨਾਂ ਵਰਗੇ ਸਨ ਹਾਜੀਆਂ ਵਾਲੇ ਸਨ ਜੋਗੀਆਂ ਕੋਲ ਗਏ ਨੇ ਕੱਪੜੇ ਜੋਗੀਆਂ ਵਰਗੇ ਸਨ ਤੇ ਪਾਈ ਗੁਰਦਾਸ ਜੀ ਤੇ ਕਹਿੰਦੇ ਨੇ ਜਦੋਂ ਘਰ ਆ ਕੇ ਬੈਠੇ ਨੇ ਕਰਤਾਰਪੁਰ ਸਾਹਿਬ ਉਸ ਦਿਨ ਵਸਤਰ ਸੰਸਾਰੀਆਂ ਵਾਲੇ ਸਨ ਉਦਣ ਬਾਬੇ ਨਾਨਕ ਨੇ ਸਾਧੂਆਂ ਵਾਲੇ ਵਸਤਰ ਨਹੀਂ ਪਾਏ। ਉਦਣ ਦੁਨੀਆਂ ਦੀ ਤੁਰੀ ਹੋਈ ਰੀਤ ਵਾਲੇ ਕੱਪੜੇ ਨਹੀਂ ਪਾਏ। ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਬਾਬਾ ਆਇਆ ਕਰਤਾਰਪੁਰ। ਮੰਜੀ ਬੈਠ ਗਿਆ ਅਵਤਾਰਾ। ਮੰਜੀ ਤੇ ਬੈਠੇ ਆਪਣੇ ਘਰ ਵਿੱਚ ਬੈਠੇ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ। ਸੰਸਾਰ ਵਾਲੇ ਕੱਪੜੇ ਪਾਏ ਸੰਸਾਰੀਆਂ ਵਾਲੇ ਕੱਪੜੇ ਪਾਏ। ਇਥੋਂ ਮਹਾਰਾਜ ਕਹਿੰਦੇ ਨੇ ਅਸਲ ਕਪੜਿਆਂ ਦੇ ਨਾਲ ਪਰਮੇਸ਼ਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਬਾਹਰ ਦੀ ਰਹਿਤ ਦੇ ਨਾਲ ਪਰਮੇਸ਼ਰ ਦਾ ਕੁਝ ਲੈਣਾ ਦੇਣਾ ਨਹੀਂ ਹੈ ਪਰਮੇਸ਼ਰ ਜੀ ਕੋਈ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਉਹਦੇ ਦਿਲੋਂ ਲੱਗਦਾ ਹੈ ਬਾਰੀ ਤੌਰ ਤੇ ਲੁਭਾਇਆ ਜਾਂਦਾ ਹੈ ਦੁਨੀਆ ਨੂੰ ਬਾਹਰ ਦੀਆਂ ਚੀਜ਼ਾਂ ਦੀ ਕਦਰ ਕਰਦੀ ਹੈ ਦੁਨੀਆ ਵਸਤਰ ਕਿੰਨਾ ਮਹਿੰਗਾ ਉਹਨੂੰ ਵੇਖ ਕੇ ਕੋਈ ਰਿਸ਼ਤੇਦਾਰ ਇੱਜ਼ਤ ਕਰਦਾ ਹੈ ਗੱਡੀ ਕਿੰਨੀ ਮਹਿੰਗੀ ਹੈ ਉਹਨੂੰ ਵੇਖ ਕੇ ਇੱਜ਼ਤ ਕਰੇਗਾ ਬਾਰੀ ਤੌਰ ਤੇ ਘਰ ਕਿੰਨਾ ਮਹਿੰਗਾ ਹੈ ਉਹਨੂੰ ਵੇਖ ਕੇ ਇੱਜ਼ਤ ਕਰੇਗਾ ਪਰ ਗੁਰੂ ਐਸਾ ਨਹੀਂ ਹੈ ਪਰਮੇਸ਼ਰ ਐਸਾ ਨਹੀਂ ਹੈ ਪਰਮੇਸ਼ਰ ਮਨੁੱਖ ਦੀ ਵਿੰਦਾ ਹੈ ਉਹਦੇ ਦਿਲ ਦੀ ਬਾਤ ਬਾਹਰ ਦੇ ਸ਼ਬਦ ਨਹੀਂ ਵਿੰਦਾ ਗੁਰੂ ਨਾਨਕ ਸਾਹਿਬ ਜੀ ਸੱਜਣ ਬੜੀਆਂ ਧਾਰਮਿਕ ਗੱਲਾਂ ਕਰਦਾ ਪਿਆ ਨਾਮਾਂ ਵਿੱਚ ਕੀ ਰੱਖਿਆ ਹੈ ਪਰਮੇਸ਼ਰ ਦਾ ਨਾਮ ਲੈਣਾ ਚਾਹੀਦਾ ਹੈ ਮਹਾਰਾਜ ਕਹਿੰਦੇ ਨਹੀਂ ਸੱਜਣਾ ਤੇਰਾ ਮੁਖ ਕੁਝ ਕਹਿ ਰਿਹਾ ਹੈ ਤੇਰਾ ਦਿਲ ਕੁਝ ਹੋਰ ਕਹਿ ਰਿਹਾ ਤੂੰ ਦਿਲੋਂ ਤੇ ਮੇਰੇ ਕੇ ਗਿੜਗੜਾਉਂਦਾ ਪੈ ਅੰਦਰੋਂ ਤੇਰਾ ਹੰਕਾਰ ਵੀ ਕਹਿੰਦਾ ਮੈਂ ਵੀ ਕੁਝ ਹਾਂ ਇਹਈ ਵਾਰੀ ਮਰੁਖ ਕਹਿ ਦਿੰਦਾ ਆਪਣੇ ਤੌਰ ਤੇ ਅਸੀਂ ਕੁਝ ਨਹੀਂ ਹਾਂ ਸ਼ਬਦਾਂ ਵਿੱਚ ਰਹਿਤ ਅਵਰ ਕਸ਼ ਅਵਰ ਕਮਾਵਤ ਮਸਕੀਨ ਜੀ ਕਹਿੰਦੇ ਹੁੰਦੇ ਸਨ ਮਾ ਸ਼ੀਸ਼ਕੰਦ ਸਾਹਿਬ ਕਹਿੰਦੇ ਕਥਾ ਕਰਦਾ ਸੀ ਇੱਕ ਮਰੁਖ ਨੇ ਰੋਜ਼ ਮੇਰੇ ਕੋਲ ਆਉਣਾ ਰੋਜ਼ ਆ ਕੇ ਕਹਿਣਾ ਮਸਕੀਨ ਜੀ ਮੈਂ ਤੇ ਸੰਗਤ ਦੇ ਚਰਨਾਂ ਦੀ ਤੂੜ ਹਾਂ ਇਹਨਾਂ ਰੋਜ਼ ਮੈਨੂੰ ਆ ਕੇ ਉਹਨੇ ਕਹਿਣਾ ਮੁੱਖੋਂ ਤੇ ਇਹ ਸ਼ਬਦ ਕਿੰਨੇ ਪਿਆਰੇ ਨੇ ਮੈਂ ਸੰਗਤ ਦੇ ਚਰਨਾਂ ਦੀ ਤੂੜ ਹਾਂ ਹੁਣ ਕਈ ਵਾਰੀ ਮਨੁੱਖ ਜਿਹੜੇ ਸਹੀ ਸ਼ਬਦ ਨੇ ਧਾਰਮਿਕ ਸ਼ਬਦ ਨੇ ਉਹਨਾਂ ਦਾ ਪ੍ਰਯੋਗ ਵੀ ਆਪਣੀ ਹਉਮੈ ਵਧਾਉਣ ਵਾਸਤੇ ਕਰਦਾ ਜਾਂ ਕਿਸੇ ਨੂੰ ਲੁੱਟਣ ਵਾਸਤੇ ਕਰਦਾ ਰੋਟੀ ਪਾਣੀ ਵਾਸਤੇ ਵੀ ਕਰਦਾ ਗੁਰਨਾਨਕ ਦੀ ਮੈਂ ਇਹ ਪੰਕਤੀਆਂ ਆਪ ਜੀ ਦੇ ਸਾਹਮਣੇ ਹੁਣੇ ਰੱਖਾਂਗਾ ਉਹ ਕਹਿੰਦੇ ਰੋਜ਼ ਮੈਨੂੰ ਕਹਿਣਾ ਮਸਕੀਨ ਜੀ ਮੈਂ ਚਰਨਾਂ ਦੀ ਤੂੜ ਹਾਂ ਕਹਿੰਦੇ ਇੱਕ ਦਿਨ ਲੰਘ ਰਿਹਾ ਸੀ ਪੰਜ-ਛਤ ਦਿਨوں ਨੇ ਕਿਹਾ ਮੈਂ ਸਾਰੀ ਸੰਗਤ ਵਿੱਚ ਹੀ ਉਹਨੂੰ ਕਹਿ ਦਿੱਤਾ ਬਾਹਰ ਆ ਕੇ ਤੂੰ ਚਰਨਾ ਦੀ ਧੂੜ ਤੋਂ ਹੈ ਵੀ ਜ਼ਿਆਦਾ ਨਹੀਂ ਇੰਨੇ ਕੀ ਤੇਰੀ ਔਕਾਤ ਹੈ ਕਹਿੰਦੇ بس ਇੰਨੇ ਸ਼ਬਦ ਮੈਨੂੰ ਕਹਿਣ ਦਿਓ ਉਹ ਪੰਜ-ਛਤ ਦਿਨ ਦੇ ਮੇਰੇ ਨਾਲ ਬੋਲੇ ਹੀ ਨਹੀਂ ਹੁਣ ਕਾਰਨ ਕੀ ਹੈ ਰਹਿਤ ਅਵਰ ਕਛ ਅਵਰ ਕਮਾਵਤ ਅੰਦਰ ਐਸਾ ਨਹੀਂ ਸੀ ਸ਼ਬਦਾਂ ਨਾਲ ਆਪਣੇ ਆਪ ਨੂੰ ਉੱਚਾ ਬਣਾਉਣਾ ਚਾਹੁੰਦਾ ਸੀ ਕਈ ਵਾਰੀ ਮਨੁੱਖ ਉਦਾਹਰਣ ਸ਼ਬਦ ਲੈ ਲੈਂਦਾ ਕਾਦੇ ਲਈ ਆਪਣੇ ਆਪ ਨੂੰ ਉੱਚਾ ਬਣਾਉਣ ਦੇ ਲਈ ਐਸਾ ਅੰਦਰੋਂ ਨਹੀਂ ਹੈ ਕਈ ਵਾਰੀ ਵੇਦਾਂ ਦੀ ਗੱਲ ਉਹ ਕਰ ਲੈਂਦਾ ਹੈ ਗੁਰੂ ਬਾਣੀ ਦੀ ਗੱਲ ਕਰ ਲੈਂਦਾ ਕਾਦੇ ਲਈ ਆਪਣੇ ਆਪ ਨੂੰ ਉੱਚਾ ਚੁੱਕਣ ਲਈ ਦੁਕਾਨਾਂ ਤੇ ਕਈ ਵਾਰੀ ਜਾਂਦੇ ਨੇ ਕਈ ਸਾਧੂ ਬਣ ਕੇ ਉਹਨਾਂ ਨੂੰ ਕਹਿਣਗੇ ਪਰਮੇਸ਼ਰ ਸਭ ਕੁਝ ਦੇਵੇਗਾ ਮੈਨੂੰ ਵੀ ਕੁਝ ਦੇ ਤੈਨੂੰ ਵੀ ਰੱਬ ਦੇਵੇਗਾ ਭਾਈ ਜੇ ਤੈਨੂੰ ਰੱਬ ਦੇ ਦੇਣ ਤੇ ਇੰਨਾ ਵਿਸ਼ਵਾਸ ਹੈ ਫਿਰ ਤੂੰ ਇਹਦੇ ਅੱਗੇ ਕਿਉਂ ਖੜਾ ਹੈ ਰਹਿਤ ਅਵਰ ਅਸਲ ਤੇ ਤੇਰਾ ਵਿਸ਼ਵਾਸ ਹੀ ਨਹੀਂ ਤਾਂ ਹੀ ਤੇ ਇਹਦੇ ਅੱਗੇ ਖੜਾ ਹੈ ਤੈਨੂੰ ਉਹ ਕੁਝ ਨਹੀਂ ਦੇ ਸਕਿਆ ਫਿਰ ਤੂੰ ਇਹਨੂੰ ਕੀ ਦਵਾ ਸਕਦਾ ਹੈ ਤੇਰੀ ਦੁਆ ਇਹਨੂੰ ਕੀ ਦੇ ਸਕਦੀ ਹੈ ਮਹਾਰਾਜ ਕਹਿੰਦੇ ਰਹਿਤ ਅਵਰ ਕਛ ਅਵਰ ਕਮਾਵਤ ਕਥਨੀ ਹੋਰ ਹੈ ਕਰਨੀ ਹੋਰ ਹੈ ਮਹਾਰਾਜ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਮਨਮੁਖ ਦੇ ਕੋਲ ਗੱਲਾਂ ਤੇ ਹੈਗੀਆਂ ਨੇ ਰਹਿਤ ਨਹੀਂ ਹੈ ਉਹਨੂੰ ਐਸੀ ਗਾਥਾ ਯਾਦ ਆਉਂਦੀ ਹੈ ਕਹਿੰਦੇ ਇੱਕ ॠषि ਹੋਇਆ ਹਜੇ ਉਹ ਕਥਾ ਬੜੀ ਕਰਿਆ ਕਰਦਾ ਸੀ ਨਦੀ ਦੇ ਵਿੱਚ ਕਥਾ ਉਹ ਕਰਿਆ ਕਰਦਾ ਸੀ ਬਾਹਰ ਨਦੀ ਤੋਂ ਕੰਢੇ ਤੇ ਬੈਠ ਕੇ ਹੁਣ ਇੱਕ ਕਹਾਣੀ ਹੈ ਕਹਿੰਦੇ ਲੋਕਾਂ ਨੇ ਬੜੀ ਉਹਦੀ ਕਥਾ ਸੁਣਨ ਆਉਣੀ ਜਿੰਨੇ ਪਸ਼ੂ ਪੰਛੀ ਸਨ ਉਹ ਵੀ ਉਹਦੀ ਕਥਾ ਸੁਣ ਲੈਂਦੇ ਸਨ ਹੁਣ ਇੱਕ ਕਹਾਣੀ ਹੈ ਸਮਝਣ ਦੀ ਗੱਲ ਹੈ ਇੱਕ ਦਿਨ ਉਹਨੇ ਕਥਾ ਕੀਤੀ ਲੋਭ ਦਾ વિનાਸ਼ ਇਹ ਕਥਾ ਕੀਤੀ ਲੋਭ ਨਹੀਂ ਕਰਨਾ ਚਾਹੀਦਾ ਇੱਕ ਕਥਾ ਉਹ ਕਰ ਰਿਹਾ। ਕਥਾ ਵਿੱਚ ਕਹਿੰਦੇ ਮગર ਮੱਛੀ ਬੈਠਾ ਸੀ। ਹੁਣ ਮગર ਮੱਛੀ ਕਹਿੰਦਾ ਸੰਤ ਦੀ ਗੱਲ ਜਿਹੜੀ ਕਰ ਰਹੇ ਨੇ ਆਪ ਪਤਾ ਨਹੀਂ ਇੱਥੇ ਪੂਰੇ ਨੇ ਕਿ ਨਹੀਂ। ਉਹ ਇੱਕ ਦਿਨ ਉਹਨੇ ਨਦੀ ਦੇ ਵਿੱਚੋਂ ਨਾ ਲਿਆ ਕੇ ਹੀਰੇ ਜਿੱਥੇ ਉਹ ਬੈਠਾ ਸੀ ਉੱਥੋਂ ਲੈ ਕੇ ਨਦੀ ਤਾਈ ਲੈ ਗਿਆ। ਹੁਣ ਉਹਨੇ ਜਦੋਂ ਉਹਦਾ ਤੇ ਰੁਟੀਨ ਹੀ ਇਹ ਸੀ ਮੈਂ ਸਿਰਫ ਤੇ ਸਿਰਫ ਪੈਸੇ ਕਰਨੇ ਨੇ। ਤੁਰ ਪਿਆ ਹੀਰਿਆਂ ਦੇ ਪਿੱਛੇ ਪਿੱਛੇ ਨਦੀ ਦੇ ਕੰਢੇ ਤੇ ਚਲਾ ਗਿਆ। ਕੰਡੇ ਜਾ ਕੇ ਮਗਰਮਚ ਬਾਹਰੇ ਰੇਸ਼ੀ ਜੀ ਮੈਂ ਬੜਾ ਧੰਨਵਾਦੀ ਆ ਤੁਹਾਡਾ ਤੁਸੀਂ ਮੈਨੂੰ ਇੱਕ ਅਥਾ ਸੁਣਾਈਏ ਲੋਬਦਾਨ ਆ ਮੇਰੀ ਨਿਮਾਣੀ ਜੀ ਭੇਟਾ ਕਬੂਲ ਕਰੋ ਹੀਰੇ ਮੈਂ ਤੁਹਾਡੇ ਬੋਲਾਂ ਤੋਂ ਵਾਰੇ ਵਾਰੇ ਜਾਣਾ ਇਹ ਬੜਾ ਉਹ ਬੜਾ ਖੁਸ਼ ਹੋਇਆ ਆਪਣੇ ਆਪ ਚ ਕਹਿੰਦਾ ਇਹ ਤੇ ਹੀਰੇ ਕੁਛ ਵੀ ਨਹੀਂ ਮੈਂ ਤੁਹਾਨੂੰ ਹੋਰ ਵੀ ਡੁੰਗੇ ਹੀਰੇ ਲਿਆ ਕੇ ਦੇ ਸਕਦਾ ਮੈਂ ਅੱਜ ਅੱਜ ਤਾਈਂ ਕਦੀ ਤਰਵੇਣੀ ਤੇ ਇਸ਼ਨਾਨ ਨਹੀਂ ਕੀਤਾ ਕਿਰਪਾ ਕਰੋ ਤੁਸੀਂ ਮੇਰੇ ਉੱਤੇ ਬਹਿ ਜਾਓ ਤੇ ਅਸੀਂ ਤਰਬੇਣੀ ਦਾ ਮੈਂ ਇਸ਼ਨਾਨ ਕਰਉਣਾ। ਗੱਲ ਤੇ ਤੇਰੀ ਠੀਕ ਹੈ ਹੁਣ ਉਹਦੇ ਵਿੱਚ ਲਾਲਚ ਆ ਗਿਆ। ਤੇ ਕਿਉਂ ਨਾ ਇੰਨੇ ਜਿੰਨੇ ਕਿ ਮਿਲ ਗਏ ਨੇ ਇੰਨਿਆਂ ਨਾਲ ਤੇ ਸੰਤੋਖ ਆਇਆ ਨਾ। ਮਗਰ ਮੈਂ ਨੂੰ ਕਹਿੰਦਾ ਚੱਲ ਬਹਿ ਗਿਆ ਉੱਤੇ। ਮਗਰ ਮੈਂ ਢੂੰਗੇ ਪਾਣੀ ਦੇ ਵਿੱਚ ਗਿਆ। ਉਹਨੂੰ ਕਹਿੰਦਾ ਹੇ ਰਿਸ਼ੀ ਜੀ। ਕਹਿੰਦੇ ਤੁਸੀਂ ਸਵੇਰੇ ਕਥਾ ਕੀਤੀ ਸੀ ਲੋਭ ਦਾ ਬਿਨਾਸ। ਤੁਸੀਂ ਤੇ ਆਪ ਲੋਭ ਵਿੱਚ ਆ ਕੇ ਤੁਹਾਨੂੰ ਲੋਭ ਵਿੱਚ ਇਹ ਨਾ ਪਤਾ ਰਿਆ ਕਿ ਮગર ਮੱਛਾਂ ਨਾਲ ਯਾਰੀਆਂ ਨਹੀਂ ਲਾਈਦੀਆਂ ਤੁਸੀਂ ਆਪਣੇ ਲੋਭ ਦੇ ਵਿੱਚ ਆ ਕੇ ਐਸੇ ਜੀਵ ਨਾਲ ਦੋਸਤੀ ਲਾ ਬੈਠੇ ਹੋ ਕਹਿੰਦੇ ਮੈਂ ਹੁਣ ਤੁਹਾਨੂੰ ਖਾ ਜਾਵਾਂਗਾ ਉਹਨੇ ਇੱਕਦਮ ਪਲਟਿਆ ਉਹਨੂੰ ਥੱਲੇ ਸੁੱਟਿਆ ਖਾ ਗਿਆ ਕਾਰਨ ਇਹ ਹੈ ਉਹਦੀ ਕਥਨੀ ਦੇ ਵਿੱਚ ਤੇ ਕਥਾ ਹੈ ਰਹਿਣੀ ਵਿੱਚ ਨਹੀਂ ਹੈ ਕਥਨੀ ਦੇ ਵਿੱਚ ਤੇ ਗੱਲ ਹੈ ਮਨੁੱਖਾਂ ਦੀ ਅੱਜ ਦੁਨੀਆ ਦੇ ਵਿੱਚ ਮਨੁੱਖ ਦੇ ਕਈ ਰੂਪ ਨੇ ਕਥਨੀ ਹੋ ਰ ਹੈ ਕਰਨੀ ਹੋ ਰ ਹੈ ਮਨੁੱਖ ਕਥਨੀ ਦੇ ਵਿੱਚ ਬੜਾ ਚੰਗਾ ਹੈ ਕਰਨੀ ਵਿੱਚ ਕੁਝ ਵੀ ਨਹੀਂ ਹੈ ਔਰ ਮਨੁੱਖ ਦੇ ਕਥਨੀ ਦੇ ਵਿੱਚ ਰੂਪ ਵੀ ਜਿਹੜੇ ਬਦਲਦੇ ਰਹਿੰਦੇ ਨੇ ਦਿਨ ਦੇ ਵਿੱਚ ਮਨੁੱਖ ਪਤਾ ਨਹੀਂ ਕਿੰਨੇ ਕ ਰੂਪ ਬਦਲਦਾ ਹੈ ਕੱਪੜਾ ਇੱਕ ਬਦਲਦਾ ਹੈ ਰੂਪ ਕਈ ਬਦਲਦਾ ਹੈ ਸਵੇਰੇ ਉੱਠ ਕੇ ਮਨੁੱਖ ਵਸਤਰ ਤੇ ਇੱਕ ਪਾਉਂਦਾ ਹੈ ਰਾਤ ਤਾਈ ਪਰ ਮੰਨ ਦੇ ਤੌਰ ਤੇ ਪਤਾ ਨਹੀਂ ਕਿ ਇੱਕ ਮਾਂ ਅਗੇ ਰੂਪ ਕੁਝ ਹੋਰ ਹੈ ਪਤਨੀ ਅਗੇ ਕੁਝ ਰੂਪ ਹੋਰ ਹੈ ਬੱਚਿਆਂ ਅਗੇ ਰੂਪ ਕੁਝ ਹੋਰ ਹੈ ਗੁਰਦੁਆਰੇ ਕੁਝ ਰੂਪ ਹੈ ਸਮਾਜ ਵਿੱਚ ਕੁਝ ਰੂਪ ਹੈ ਬਾਣੀ ਕਹਿੰਦੀ ਐਸੇ ਪ੍ਰਮਾਤਮਾ ਨਹੀਂ ਭੇਜਦਾ ਰੂਪ ਇੱਕ ਕਰਨਾ ਪੈਣਾ ਬਹੁ ਰੂਪੀਆ ਨਹੀਂ ਇੱਕ ਰੂਪ ਵਾਲਾ ਬਾਣ ਅੰਦਰੋਂ ਬਾਹਰੋਂ ਇੱਕ ਇਸ ਕਰਕੇ ਮਹਾਰਾਜ ਕਹਿੰਦੇ ਨੇ ਰਹਿਤ ਅਵਰ ਕਸ਼ ਅਵਰ ਕਮਾਵਤ ਗੱਲਾਂ ਕੁਛ ਨੇ ਕਮਾ ਕੁਛ ਰਿਹਾ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਗੰਡਾ ਮੁ ਤੋਪੇ ਲਾਉਂਦਾ ਮਨ ਦੇ ਵਿੱਚ ਪ੍ਰੀਤ ਨਹੀਂ ਹੈ ਗੱਲਾਂ ਨਾਲ ਹੀ ਤੋਪੇ ਲਾਈ ਜਾਂਦਾ ਬਾਣੀ ਦੇ ਵਿੱਚ ਨਾ ਮਹਾਰਾਜ ਆਸਾ ਦੀ ਵਾਰ ਦੇ ਵਿੱਚ ਨਾ ਇੱਕ ਸ਼ਬਦ ਵਰਤਦੇ ਨੇ ਪਹਿਲੇ ਸਮਿਆਂ ਦੇ ਵਿੱਚ ਨਾ ਗੋਪੀਆਂ ਤੇ ਕ੍ਰਿਸ਼ਨ ਜੀ ਦੀ ਕਥਾ ਹੋਇਆ ਕਰਦੀ ਸੀ ਅੱਜ ਵੀ ਹੁੰਦੀ ਹੈ ਕੁਝ ਗੋਪੀਆਂ ਬਣ ਜਾਂਦੇ ਸਨ ਕੁਝ ਕ੍ਰਿਸ਼ਨ ਬਣ ਜਾਂਦੇ ਸਨ ਤੇ ਆਪਣੇ ਆਪ ਨੂੰ ਬੜਾ ਭਵਾ ਭਵਾ ਕੇ ਧਰਤੀ ਦੇ ਵਿੱਚ ਸੁੱਟਣਾ ਆਪਣੇ ਆਪਣੇ ਸਿਰਾਂ ਦੇ ਓਡੋ ਓਡਰ ਆਵੇ ਝਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਲੋਕੀ ਹੱਸਦੇ ਸਨ ਉਹ ਗੋਪੀਆਂ ਤੇ ਕ੍ਰਿਸ਼ਨ ਦਾ ਰੂਪ ਰਾਸਲੀਲਾ ਹੁੰਦੀ ਸੀ ਪਰ ਮਹਾਰਾਜ ਵੇਖ ਕੇ ਉਹਨਾਂ ਨੂੰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਵੀ ਨਿਕਲੇ ਉੱਥੋਂ ਦੀ ਉਹਨਾਂ ਨੂੰ ਵੇਖ ਕੇ ਕਹਿੰਦੇ ਨੇ ਭਾਈ ਰੂਪ ਤੇ ਤੂੰ ਕ੍ਰਿਸ਼ਨ ਦਾ ਬਣਾਇਆ ਹੈ ਪਰ ਕ੍ਰਿਸ਼ਨ ਦਾ ਰੂਪ ਤੂੰ ਪਿਆਰ ਵਿੱਚ ਨਹੀਂ ਬਣਾਇਆ ਕਾਦੇ ਲਈ ਬਣਾਇਆ ਦਿਮਾਖੀ ਤੌਰ ਤੇ ਆਪਣੀ ਰੋਟੀਆਂ ਦਾ পেট ਪਾਲਣ ਲਈ ਬਣਾਇਆ ਹੈ ਉਵੇਂ ਤੈਨੂੰ ਕ੍ਰਿਸ਼ਨ ਨਾਲ ਕੋਈ ਪਿਆਰ ਨਹੀਂ ਰੋਟੀਆਂ ਕਾਰਨ ਪੂਰੇ ਹੇਤਾਲ ਆਪ ਪਿਛਾੜਾ ਧਰਤੀ ਨਾਲ ਤੂੰ ਆਪਣੇ ਆਪ ਨੂੰ ਥੱਲੇ ਸੁੱਟਦਾ ਹੈ ਲੋਕਾਂ ਨੂੰ ਹਸਾ ਰਿਹਾ ਹੈ ਲੋਕਾਂ ਦੇ ਅੱਗੇ ਰਾਸ ਰੀਲਾ ਕਰ ਰਿਹਾ ਹੈ ਕਿ ਸ਼੍ਰੀ ਕ੍ਰਿਸ਼ਨ ਨੂੰ ਖੁਸ਼ ਕਰਨ ਵਾਸਤੇ ਨਹੀਂ ਤੇਰਾ ਸਾਰੇ ਦਾ ਸਾਰਾ ਰੂਪ ਆਪਣੀ ਰੋਟੀ ਤੇ ਹੀ ਸੀਮਤ ਹੈ ਇਨੂੰ ਰੋਟੀ ਤੇ ਪ੍ਰਮਾਤਮਾ ਨੇ ਓਵੇਂ ਵੀ ਦੇਣੀ ਐ ਇਹ ਨਹੀਂ ਹੈ ਕੋਈ ਕਥਾ ਕਰੇ ਉਹਨੂੰ ਰੋਟੀ ਓਵੇਂ ਵੀ ਦੇਣੀ ਐ ਇੱਥੇ ਨਹੀਂ ਕਰੇਗਾ ਕਿਤੇ ਹੋਰ ਦੇ ਕੇ ਦੇਣੀ ਉਹਨੇ ਸਾਰਿਆਂ ਨੂੰ ਪਰ ਸਿਰਫ ਰੋਟੀ ਤੇ ਹੀ ਸੀਮਤ ਨਾ ਰੱਖ ਕਥਾ ਨੂੰ ਲੋਭ ਤੇ ਹੀ ਨਾ ਕਰ ਉਹ ਕਹਿੰਦੇ ਨੇ ਅਸਲ ਦੇ ਵਿੱਚ ਤੂੰ ਰੂਪ ਬਣਾਇਆ ਐ ਸਿਰਫ ਲੋਭ ਤੇ ਹੀ ਰੋਟੀਆਂ ਤਾਂ ਨਹੀਂ ਬਾਣੀ ਦੇ ਵਿੱਚ ਇੱਕ ਹੋਰ ਵੀ ਸ਼ਬਦ ਆਉਂਦਾ ਹੈ ਮਹਾਰਾਜ ਪੰਡਤ ਨੂੰ ਵੇਖਿਆ ਕਥਾ ਕਰ ਰਿਹਾ ਸੀ ਕਰਦੇ ਆ ਕਰਦੇ ਆ ਵੈਦਾਂ ਸ਼ਾਸਤਰਾਂ ਦੀਆਂ ਗੱਲਾਂ ਕਰ ਰਿਹਾ ਮੁੱਖ ਦੇ ਥਾਣੀ ਦਿਮਾਗੀ ਕਿ ਉਹ ਕੀ ਯਾਦ ਕਰਨਾ ਹੈ ਯਾਦ ਕਰਕੇ ਬੋਲਣਾ ਹੈ ਮਹਾਰਾਜ ਕਹਿੰਦੇ ਪੜ ਪੰਡਿਤ ਅਵਰਾ ਸਮਝਾਏ ਘਰ ਜਲਤੇ ਕੀ ਖਬਰ ਨਾ ਪਾਏ ਆਪਣੇ ਆਪ ਅੰਦਰੋਂ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਆਪ ਇਹਨੂੰ ਨਹੀਂ ਪਤਾ ਆਪਣੇ ਆਪ ਲੋਭ ਦੀ ਅੱਗ ਵਿੱਚ ਸੜ ਰਿਹਾ ਇਹਨੂੰ ਨਹੀਂ ਪਤਾ ਦੂਜੇ ਨੂੰ ਸਮਝਾ ਰਿਹਾ ਹੈ ਦੂਜੇ ਨੂੰ ਸਮਝਾਣ ਤੇ ਯਤਨ ਹੈ ਪ੍ਰਸਾਦ ਸੰਗਤ ਮੈਂ ਇੱਕ ਵਿਦਵਾਨ ਦੀ ਗਾਥਾ ਸੁਣੀ ਸੀ ਉਹਨੇ ਦੋ ਲਾਈਨਾਂ ਬੜੀਆਂ ਬਾਖਮਾਲ ਲਿਖੀਆਂ ਨੇ ਕਹਿੰਦੇ ਜਿਹੜੀਆਂ ਗੱਲਾਂ ਜਿਹੜੀਆਂ ਗੱਲਾਂ ਬਜ਼ੁਰਗ ਬੱਚਿਆਂ ਨੂੰ ਸਮਝਾਉਂਦੇ ਨੇ ਕਿਤੇ ਆਪ ਸਮਝ ਲੈਣ ਸਮਾਜ ਅੱਜ ਹੀ ਠੀਕ ਹੋ ਜਾਏਗਾ ਜਿਹੜੀ ਗੱਲ ਮਾਪੇ ਬਾਪ ਆਪਣੇ ਬੱਚਿਆਂ ਨੂੰ ਸਮਝਾਉਂਦੇ ਨੇ ਕਿਤੇ ਆਪ ਸਮਝਣ ਜਾਣ ਸਮਾਜ ਕਦੀ ਗਲਤ ਹੋਏਗਾ ਨਹੀਂ ਇੱਕ ਮਾਪੇ ਬਾਪ ਆਪਣੇ ਬੱਚੇ ਨੂੰ ਕਹਿੰਦਾ ਝੂਠ ਨਹੀਂ ਬੋਲੀਦਾ ਪਰ ਝੂਠ ਬੋਲਣਾ ਸਿੱਖਿਆ ਕਿੱਥੋਂ ਹੈ ਇੱਕ ਮਾਪੇ ਆਪਣੇ ਬੱਚੇ ਨੂੰ ਕਹ ਲੜੀਦਾ ਨਹੀਂ ਝਗੜੀਦਾ ਨਹੀਂ ਕ੍ਰੋਧ ਨਹੀਂ ਕਰੀਦਾ ਮਾਪੇ ਨਾਲ ਕਰੇ ਤੇ ਕ੍ਰੋਧ ਨਹੀਂ ਕਰੀਦਾ ਦੂਜੇ ਨਾਲ ਕਰੇ ਤੇ ਕਰ ਲਈਦਾ ਐਵੇਂ ਨਹੀਂ ਹੈ ਮਨ ਦੇ ਵਿੱਚ ਪ੍ਰੀਤ ਕਥਨੀ ਤੇ ਕਰਨੀ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਬਾਣੀ ਕਹਿੰਦੀ ਜਿਨ੍ਹਾਂ ਦੀ ਕਥਨੀ ਉਤ ਕਰਨੀ ਦੇ ਵਿੱਚ ਫਰਕ ਹੈ ਲੋਕ ਤੇ ਉਹਨਾਂ ਦੇ ਵਲੇਵੇ ਵਿੱਚ ਆ ਜਾਂਦੇ ਨੇ ਪਰਮੇਸ਼ਰ ਨਹੀਂ ਹੁੰਦਾ ਪਹਿਲਾਂ ਦੇਖੇ ਪਰਮੇਸ਼ਰ ਸ਼ਬਦਾਂ ਨੂੰ ਨਹੀਂ ਵੇਖਦਾ ਨਾ ਉਹਦੇ ਤੇ ਕਿਸੇਰੇ ਸ਼ਬਦ ਪਹੁੰਚਦੇ ਨੇ ਜਿਹੜੀ ਅਸੀਂ ਆਪਣੇ ਮੁਖ ਤੋਂ ਅਰਦਾਸ ਕਰਦੇ ਆ ਸ਼ਬਦ ਨਹੀਂ ਵੇਖਦਾ ਉਹ ਸ਼ਬਦਾਂ ਦੇ ਵਿੱਚ ਲੁਕੇ ਹੋਏ ਭਾਵ ਨੂੰ ਵੇਖਦਾ ਹੈ ਕਿ ਉਹਦੇ ਅੰਦਰ ਭਾਵ ਵੀ ਹੈ ਕਿ ਨਹੀਂ ਹੈ ਕਿ ਗੋਬਿੰਦ ਭਾਉ ਭਗਤ ਦਾ ਭੁਖਾ ਪਰਮੇਸ਼ਰ ਮਹਾਰਾਜ ਬਾਣੀ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨਾ ਕਾਹੂ ਪੀਨ ਪਰਮੇਸ਼ਰ ਬਾਹਰ ਦੇ ਭੇਖ ਵਿੱਚ ਨਹੀਂ ਆਉਂਦਾ ਬਾਹਰੀ ਤੌਰ ਤੇ ਉਹਨੂੰ ਜੋ ਮਰਜ਼ੀ ਲਿਆ ਕੇ ਦੇਈ ਜਾਈਏ ਉਹ ਹੱਥ ਵਿੱਚ ਨਹੀਂ ਆਉਂਦਾ ਬਾਹਰੀ ਤੌਰ ਤੇ ਜਿੰਨੇ ਮਰਜ਼ੀ ਮਨੁੱਖ ਰੂਪ ਬਣਾ ਲਏ ਉਹਨੂੰ ਨਹੀਂ ਉਹਨੂੰ ਪਰਵਾਇਆ ਨਹੀਂ ਦੁਨੀਆ ਠੱਗੀ ਜਾ ਸਕਦੀ ਹੈ ਸਾਧ ਸੰਗਤ ਬਾਹਰ ਦਾ ਰੂਪ ਬਣਾ ਕੇ ਪਰਮੇਸ਼ਰ ਨਹੀਂ ਠੱਗਿਆ ਜਾ ਬਾਣੀ ਕਹਿੰਦੀ ਹੈ ਨਾ ਉਹ ਮਨ ਹੈ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾ ਉਹ ਉਹ ਫਿਰ ਕਿਵੇਂ ਠੱਗੇ ਜਾਂਦੇ ਨੇ ਉਹ ਕਹਿੰਦੇ ਨੇ ਠੱਗਿਆ ਜਾਂਦਾ ਪਰਮਾਤਮਾ ਨੂੰ ਵੀ ਆਪਣੇ ਵਾਸ ਵਿੱਚ ਭਗਤ ਕਰ ਲੈਂਦਾ ਆਪਣੇ ਅੰਦਰ ਦੀ ਰਹਿਤ ਜਿਵੇਂ ਇੱਕ ਭਾਈ ਪੱਲਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਹੁਣ ਉਹਦੇ ਕੋਲ ਨਾ ਸਿੱਖੀ ਹੈ ਨਾ ਗੁਰੂ ਦੇ ਦਵਾਰੇ ਕਦੀ ਗਿਆ ਹੈ ਉਹਦੀ ਮਾਂ ਇੱਕ ਦਿਨ ਉਹਦੀ ਪੈਲੀ ਦੇ ਵਿੱਚ ਕੰਮ ਕਰ ਰਹੀ ਆ ਸੀ ਕੋਈ ਗੁਰਸਿੱਖ ਆਏ ਕਹਿੰਦਾ ਮੇਰੇ ਕੋਲ ਪਾਣੀ ਪੀ ਲੋ ਕਹਿੰਦੇ ਨਹੀਂ ਤੇਰੇ ਕੋਲ ਪਾਣੀ ਨਹੀਂ ਪੀ ਸਕਦੇ ਕਿਉਂ ਤੇਰੀ ਰਹਿਤ ਨਹੀਂ ਹੈ ਤੇਰੇ ਅਸੀਂ ਪ੍ਰਸ਼ਾਦਾ ਨਹੀਂ ਸਕ ਸਕਦੇ ਆਪਣੀ ਮਾਂ ਨੂੰ ਇਹ ਗੱਲ ਦਸੀ ਮਾਂ ਗੁਰੂ ਦੇ ਸਿੱਖ ਆਏ ਸਣ ਮੇਰੇ ਹੱਥੋਂ ਛਕਿਆ ਕੁਝ ਨਹੀਂ ਮਾਂ ਕਿਵੇਂ ਉਹਨੂੰ ਵਸ ਵਿੱਚ ਕੀਤਾ ਸਕਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਮੈਂ ਕਿਵੇਂ ਮਿਲ ਸਕਦਾ ਮਾਂ ਕਹਿੰਦੀ ਬੇਟਾ ਗੁਰੂ ਸ਼ਬਦਾਂ ਨਾਲ ਹੱਥ ਵਿੱਚ ਨਹੀਂ ਆਉਂਦਾ ਫਿਰ ਮਾਂ ਕਿਵੇਂ ਤੂੰ ਸਿਰਫ ਉਹਨੂੰ ਦਿਲੋਂ ਯਾਦ ਕਰ ਤੇਰੇ ਘਰ ਵਿੱਚ ਉਹ ਆ ਜਾਏਗਾ। ਮਾਂ ਮੈਂ ਕਿਤੇ ਵੀ ਹੋਵਾਂਗਾ ਮਿਲਣ ਮੈਨੂੰ ਆ ਜਾਏਗਾ। ਕਹਿੰਦੀ ਤੂੰ ਕਿਤੇ ਵੀ ਹੋਵੇਂਗਾ ਰੱਬ ਤੈਨੂੰ ਉੱਥੇ ਮਿਲਣ ਆ ਜਾਏਗਾ। ਹੋ ਸਕਦਾ ਐਵੇਂ। ਕਹਿੰਦੇ ਹਾਂ। ਤੈਨੂੰ ਬੋਲਣ ਦੀ ਲੋੜ ਨਹੀਂ। ਵਿੰਣ ਬੋਲਿਆ ਸਭ ਕੁਝ ਜਾਣਦਾ। ਕਿਸ ਅੱਗੇ ਕੀਚੇਰ। ਬਿਨਾ ਬੋਲਿਆ ਜਾਣਦਾ ਉਹ। ਭਾਈ ਪੱਲੇ ਦੀ ਮਾਂ ਕਹਿੰਦੀ ਹੈ ਬੇਟਾ ਇਹ ਗੁੜ ਲੈਲਾ ਤੇ ਇਹ ਨਾਲ ਥੋੜੇ ਜੇ ਪੈਸੇ ਇੱਕ ਕੋਡੀ ਹੈ। ਜਦੋਂ ਵੀ ਗੁਰੂ ਆਏ ਉਹਦੇ ਅੱਗੇ ਰੱਖ ਕੇ ਮੱਥਾ ਟੇਕ ਦੇ। ਕਹਿੰਦਾ ਮਾ ਐਸਾ ਕਰ ਇਹ ਗੁੜ ਤੇ ਮੈਨੂੰ ਨਾਲ ਹੀ ਦੇ ਦੇ ਰੁਪਈਆ ਪਤਾ ਨਹੀਂ ਗੁਰੂ ਨੇ ਕਿੱਥੇ ਮਿਲ ਪੈਣਾ ਮੈਂ ਹੁਣ ਉਹਨੂੰ ਦਿਨ ਰਾਤ ਯਾਦ ਕਰਨਾ ਐਵੇਂ ਨਹੀਂ ਹੈ ਬਾਰੂੰ ਬਾਰੂੰ ਨਹੀਂ ਮੈਂ ਉਹਨੂੰ ਯਾਦ ਕਰਨੋਂ ਮੈਨੂੰ ਮਿਲੇਗਾ ਵੇਖੋ ਸਾਧ ਸੰਗਤ ਅੰਦਰ ਦੀ ਰਹਿਤ ਮਹਾਰਾਜ ਕਹਿੰਦੇ ਨੇ ਬਾਹਰ ਭੇਖ ਨਾ ਕਾਹੂ ਪੀਣ ਹੋਣਗੇ ਉਦੋਂ ਵੀ ਜਿੰਨਾ ਬਾਹਰੀ ਤੌਰ ਤੇ ਭੇਖ ਕੀਤਾ ਹੋਏਗਾ ਸਿੱਖੀ ਦਾ ਵੀ ਕੀਤਾ ਹੋਏਗਾ ਪਰ ਇੱਕ ਭਾਈ ਪੱਲਾ ਅਜੇ ਸਿੱਖ ਵੀ ਨਹੀਂ ਹੈ ਗੁਰੂ ਸਾਹਿਬ ਜੀ ਨੂੰ ਯਾਦ ਕਰਦਾ ਰੋਜ਼ ਆਪਣੇ ਪੈੜੀ ਦੇ ਵਿੱਚ ਹਲ ਵਹੁੰਦਾ ਹੈ ਨਾਲ ਨਾਲ ਗੁਰੂ ਨੂੰ ਯਾਦ ਕਰਦਾ ਹੈ ਨਾਲ ਨਾਲ ਗੀਤ ਗਾਉਂਦਾ ਹੈ ਹੈ ਗੁਰੂ ਹਰਗੋਬਿੰਦ ਸਾਹਿਬ ਮੈਨੂੰ ਵੀ ਕਦੇ ਆ ਕੇ ਮਿਲੋ ਹੈ ਪ੍ਰਮਾਤਮਾ ਜੀ ਕਦੇ ਮੈਨੂੰ ਵੀ ਦਰਸ਼ਨ ਦੇਵੋ ਰੋਜ਼ ਇਹੀ ਗੱਲਾਂ ਕਦੇ-ਕਦੇ ਰੋਣ ਵੀ ਲੱਗ ਜਾਂਦਾ ਹੈ ਅੱਖਾਂ ਵਿੱਚ ਅਥਰੂ ਵੀ ਆ ਜਾਂਦੇ ਨੇ ਇਹ ਮਹਾਰਾਜ ਮੈਂ ਪਾਪੀ ਆ ਕਦੇ ਮੇਰੇ ਪਾਪੀ ਨੂੰ ਵੀ ਮੈਨੂੰ ਵੀ ਦਰਸ਼ਨ ਹੋਣਗੇ ਕਦੀ ਰੋਜ਼ ਇਹੀ ਗੱਲ ਕਹਿੰਦਾ ਕਰਦਿਆਂ ਕਰਦਿਆਂ ਉਦੀ ਅੰਦਰ ਦੀ ਜਦੋਂ ਗੱਲ ਗੁਰੂ ਤੈ ਪਹੁੰਚ ਗਈ ਕਿਉਂਕਿ ਗੁਰੂ ਤੈ ਗੱਲ ਪਹੁੰਚਦੀ ਹੈ ਅੰਦਰ ਦੀ ਬਾਹਰ ਦੇ ਸ਼ਬਦ ਨਹੀਂ ਪਹੁੰਚਦੇ ਜਦੋਂ ਗੁਰੂ ਦੇ ਕੋਲ ਗੱਲ ਪਹੁੰਚੀ ਹੈ ਅੰਦਰ ਦੀ ਗੁਰੂ ਸਾਹਿਬ ਸਿੱਖਾਂ ਨੂੰ ਕਹਿੰਦੇ ਨੇ ਭਾਈ ਅਸੀਂ ਹੁਣ ਚੱਲਣਾ ਹੈ ਕਿੱਥੇ ਜਾਣਾ ਹੈ ਮਹਾਰਾਜ ਕਹਿੰਦੇ ਨੇ ਅਸੀਂ ਫਲਾਣੇ ਲਾ ਕੇ ਮਹਾਰਾਜ ਉੱਧਰ ਤੇ ਕੁਝ ਹੈ ਹੀ ਨਹੀਂ ਕਹਿੰਦੇ ਜਾਣਾ ਹੈ ਉੱਧਰ ਚੱਲ ਪਏ ਰਾਸਤੇ ਵਿੱਚ ਪਹੁੰਚੇ ਕਿਸੇ ਨੂੰ ਉਹਦੇ ਪਿੰਡ ਜਾ ਕੇ ਪੁੱਛਦੇ ਨੇ ਇੱਥੇ ਕੋਈ ਸਿੱਖ ਹੈ ਕਹਿੰਦੇ ਹੈਗਾ ਵੱਡਾ ਚੌਧਰੀ ਉਹ ਤੁਰਿਆ ਫਿਰਦਾ ਚਾਰ ਕਿੱल्ल्याਾਂ ਤੇ ਦਿਨ ਰਾਤ ਮਨ ਲਾਦਾ ਤੁਹਾਡਾ ਹੀ ਨਾਮ ਲੈਂਦਾ ਹੈ ਮਹਾਰਾਜ ਕਹਿੰਦੇ ਜੇ ਤੇਰੇ মুখ ਚੋਂ ਚੌਧਰੀ ਨਿਕਲ ਗਿਆ ਫਿਰ ਚੌਧਰੀ ਬਣ ਜਾਏਗਾ ਭਾਈ ਜੇ ਤੂੰ ਆਪਣੇ মুখ ਚੋਂ ਕਹਿ ਦਿੱਤਾ ਵੀ ਉਹ ਸਰਦਾਰ ਹੈ ਵੱਡਾ ਤੇ ਫਿਰ ਹੋ ਜਾਏਗਾ ਮਹਾਰਾਜ ਗਏ ਘੋੜੇ ਦੀਆਂ ਜਦੋਂ ਨੇ ਟਾਪਾਂ ਸੁਣੀਆਂ ਭਾਈ ਪੱਲੇ ਨੇ ਸੋਚਦਾ ਗੁਰੂ ਹੀ ਆ ਗਿਆ ਪੈਰਾਂ ਦੇ ਵਿੱਚ ਆ ਕੇ ਪੈ ਗਿਆ ਰੋਣ ਲੱਗ ਪਿਆ ਕਹਿੰਦੇ ਸੱਚੇ ਪਾਤਸ਼ਾਹ ਅੱਜ ਤਈ ਸੁਣਿਆ ਸੀ ਰੱਬ ਪ੍ਰੇਮ ਕਰਨ ਵਾਲਿਆਂ ਦੇ ਵਸ ਵਿੱਚ ਆਉਂਦਾ ਹੈ ਅੱਜ ਮੈਂ ਸਾਹਮਣੇ ਵੇਖ ਲਿਆ ਅੱਜ ਤਈ ਇਹ ਗੱਲ ਸੁਣੀ ਸੀ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਅੱਜ ਮੈਂ ਆਪਣੇ ਅੱਖੀ ਇਹ ਦੀਦਾਰ ਕਰ ਰਿਹਾ ਕਹਿੰਦੇ ਭਾਈ ਪੱਲੇ ਨੇ ਮਹਾਰਾਜ ਜੀ ਦੇ ਚਰਣਾ ਦੇ ਵਿੱਚ ਪੈਰ ਚਰਣਾ ਦੇ ਵਿੱਚ ਸਿਰ ਰੱਖਿਆ ਮਹਾਰਾ ਦੇ ਚਰਨ ਧੋ ਦਿੱਤੇ ਆਪਣੇ ਹੱਥ ਰੁਆਣ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੱਲਿਆ ਖੜਾ ਹੋ ਭਾਈ ਉਹ ਗੁੜ ਲਿਆ ਸੀ ਤੇ ਤੇਰਾ ਗੁੜ ਖਾਣ ਲਈ ਆਇਆ ਗੁੜ ਲਿਆ ਉਹਨੇ ਆਪਣੇ ਪੱਲੇ ਦੇ ਨਾਲ ਹੀ ਉਹ ਬੰਨਿਆ ਹੋਇਆ ਸੀ ਇਤਿਹਾਸ ਵਿੱਚ ਉਹਦਾ ਨਾਮ ਭਾਈ ਪੱਲਾ ਹੀ ਪੈ ਗਿਆ ਹੁਣ ਬਾਹਰੀ ਤੌਰ ਤੇ ਭੇਖ ਨਹੀਂ ਹੈ ਬਾਹਰੀ ਤੌਰ ਤੇ ਕਥਨੀ ਵੀ ਨਹੀਂ ਹੈ ਬਾਹਰੀ ਤੌਰ ਤੇ ਗਿਆਨ ਵੀ ਨਹੀਂ ਹੈ ਪਰ ਸਾਧ ਸੰਗਤ ਅੰਦਰ ਹਿਰਦਾ ਭਰਿਆ ਹੋਇਆ ਪਰਮੇਸ਼ਰ ਦੇ ਪ੍ਰੇਮ ਨਾਲ ਬਾਹਰੀ ਤੌਰ ਤੇ ਗੱਲਾਂ ਬਾਤਾਂ ਨਹੀਂ ਮਹਾਰਾਜ ਇਸ ਕਰਕੇ ਗੁਰਬਾਣੀ ਚ ਕਹਿੰਦੇ ਨੇ ਜਾਨਨ ਹਾਰ ਪ੍ਰਭੂ ਪਰਵੀਨ ਉਹ ਪਰਮਾਤਮਾ ਬੜਾ ਪ੍ਰਵੀਨ ਹੈ ਜਾਨਨ ਹਾਰ ਹੈ ਬਾਹਰ ਵੇਖ ਨਾ ਕਾਹੂ ਪੀਨ ਭਾਈ ਉਹ ਬਾਹਰ ਦੇ ਆ ਪੇਖਾਂ ਵਿੱਚ ਹੱਥ ਵਿੱਚ ਨਹੀਂ ਆਉਂਦਾ ਬਾਹਰੀ ਤੌਰ ਤੇ ਭੇਖ ਕੀਤਾ ਜਾ ਸਕਦਾ ਹੈ ਧਾਰਮਿਕ ਬਾਹਰੀ ਤੌਰ ਤੇ ਧਾਰਮਿਕ ਬਰਨਾ ਬੜਾ ਸੌਖਾ ਹੈ ਅੰਦਰਲੇ ਤੌਰ ਤੇ ਧਾਰਮਿਕ ਬਣਨ ਵਾਸਤੇ ਕਿਤੇ ਆਤਮਾ ਗੁਰੂ ਦੇ ਰੰਗ ਵਿੱਚ ਰੰਗੀ ਜਾਏ ਪਰਮੇਸ਼ਰ ਦੇ ਰੰਗ ਵਿੱਚ ਇਹ ਮੁਸ਼ਕਤ ਹੈ ਬਾਣੀ ਨੇ ਕਿਹਾ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਇਹ ਮੁਸ਼ਕਤ ਹੈ ਬਾਹਰੀ ਤੌਰ ਤੇ ਧਾਰਮਿਕ ਬਣਨਾ ਬੜਾ ਆਸਾਨ ਹੈ ਅੰਦਰ ਤੇ ਤੌਰ ਤੇ ਧਾਰਮਿਕ ਬਣਨਾ ਬਹੁਤ ਔਖਾ ਹੈ ਮੁਸ਼ਕਤ ਕਹ ਲੈਣੀ ਪੈਂਦੀ ਹੈ ਬੰਦਗੀ ਕਰਨੀ ਪੈਂਦੀ ਹੈ ਮਹਾਰਾਜ ਅਗੇ ਕਹਿੰਦੇ ਅਵਰ ਉਪਦੇਸ ਹੈ ਆਪ ਨਾ ਕਰੇ ਆਵਤ ਜਾਵਤ ਜਨਮ ਹੈ ਮਰੇ ਮਨੁੱਖ ਦੂਜਿਆਂ ਨੂੰ ਸਲਾਮਾਂ ਦੇ ਜਾਂਦਾ ਹੈ ਰੱਬ ਦਾ ਨਾਮ ਲੈਣਾ ਚਾਹੀਦਾ ਹੈ ਰੱਬ ਦੀ ਬੰਦਗੀ ਕਰਨੀ ਹੈ ਅਵਰ ਉਪਦੇਸ਼ ਹੈ ਆਪ ਨਾ ਕਰ ਇਹ ਮਨੁੱਖ ਦੀ ਬੜੀ ਜ਼ਿੰਦਗੀ ਦੇ ਵਿੱਚ ਕੋਈ ਬਿਮਾਰ ਹੋ ਜਾਏ ਨਾ ਉਹਦਾ ਪਤਾ ਲੈਣ ਲਈ ਜਾਏ ਉਹਨੂੰ ਕਹੇਗਾ ਸਿਹਰ ਕਰਿਆ ਕਰੋ ਖਾਣ ਪੀਣ ਦਾ ਖਿਆਲ ਰੱਖਿਆ ਕਰੋ ਵਿਆਹਾਂ ਦੇ ਵਿੱਚ ਖਾਣ ਪੀਣ ਦਾ ਖਿਆਲ ਆਪ ਨਹੀਂ ਰੱਖਦਾ ਲੋਕ ਅਕਸਰ ਕਿਸੇ ਦਾ ਪਤਾ ਲੈਣ ਜਾਏ ਬਿਮਾਰ ਮਨੁੱਖ ਦਾ ਉਹਨੂੰ ਕਹੇਗਾ ਠੀਕ ਹੈ ਸਰੀਰ ਨਾਲ ਹੀ ਹੈ ਇਹ ਸਰੀਰ ਦਾ ਜਿੰਨਾ ਖਿਆਲ ਰੱਖ ਲਈਏ ਉਹਨਾ ਹੀ ਠੀਕ ਹੈ। ਆਪ ਉਹ ਉਪਦੇਸ਼ ਕਰ ਰਿਹਾ ਉਹਨੂੰ ਬੈਠ ਕੇ ਤੁਸੀਂ ਆਹ ਵਾਲਾ ਪਾਣੀ ਪੀਆ ਕਰੋ ਸਵੇਰੇ ਗਰਮ ਪਾਣੀ ਪੀਆ ਕਰੋ। ਸਾਰੀਆਂ ਗੱਲਾਂ ਦੱਸੀ ਜਾਏਗਾ। ਦੂਜੇ ਨੂੰ ਸਾਰਾ ਹੀ ਉਪਦੇਸ਼ ਕਰੀ ਜਾਏਗਾ। ਆਪਣੀ ਚੱਲ ਦੱਬ ਤੇ। ਫਿਰ ਜਿਹਨੇ ਦੂਜੇ ਨੂੰ ਤੇ ਸੋਨਾ ਦੇ ਦਿੱਤਾ ਆਪ ਨਹੀਂ ਰੱਖਿਆ ਇਹਦਾ ਮਤਲਬ ਇਹ ਹੈ ਉਹਨੇ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਖਰਟਿਆ। ਗੁਰੂ ਨਾਨਕ ਸਾਹਿਬ ਜੀ ਦੇ ਟਾਈਮ ਐਸੀਆਂ ਬੜੀਆਂ ਸਾਖੀਆਂ ਹੋਈਆਂ। ਗੁਰੂ ਨਾਨਕ ਸਾਹਿਬ ਜੀ ਜਦੋਂ ਹਰਿਦਵਾਰ ਗਏ ਇਕ ਉਥੇ ਪੰਡਤ ਜੀ ਬੈਠੇ ਅੱਖਾਂ ਬੰਦ ਕਰਕੇ ਵਿਦਵਾਨ ਸਨ ਆਪਣੇ ਆਪ ਦੇ ਪਰ ਅੱਖਾਂ ਬੰਦ ਉਹਨੇ ਕੀਤੀਆਂ ਹੋਈਆਂ ਸਨ ਲੋਕਾਂ ਨੂੰ ਲੋਟਣ ਵਾਸਤੇ ਅੱਖਾਂ ਬੰਦ ਨੇ ਤੇ ਲੋਕਾਂ ਨੂੰ ਬੈਠਾ ਕਹਿ ਰਿਹਾ ਮੈਨੂੰ ਤ੍ਰਲੋਕੀ ਦੇ ਦਰਸ਼ਨ ਹੋ ਰਹੇ ਨੇ ਹੁਣ ਤ੍ਰਲੋਕੀ ਦੇ ਅਦ੍ਰਿਸ਼ਾ ਕਿਹੜਾ ਕਿਸੇ ਨੇ ਵੇਖੀ ਐ ਅੱਖਾਂ ਬੰਦ ਨੇ ਅੰਦਰ ਕੁਛ ਹੀ ਦਰਸ਼ਨ ਹੋਈ ਜਾਣ ਅੱਖਾਂ ਬੰਦ ਕਰਕੇ ਕਹਿੰਦਾ ਮੈਨੂੰ ਤ੍ਰਲੋਕੀ ਦੇ ਦਰਸ਼ਨ ਹੋ ਰਹੇ ਨੇ ਗੁਰੂ ਸਾਹਿਬ ਅੰਦਰ ਦੀ ਗੱਲ ਕਿਉਂਕਿ ਗੁਰੂ ਅੰਦਰੋਂ ਜਾਣਦਾ ਮਨੁੱਖ ਨੂੰ ਬਾਹਰੋਂ ਨਹੀਂ ਬਾਹਰ ਦੀਆਂ ਗੱਲਾਂ ਨਾਲ ਉਹ ਵਸ ਵਿੱਚ ਨਹੀਂ ਆਉਂਦਾ ਅੰਦਰੋਂ ਫੜਦਾ ਹੈ ਮਨੁੱਖ ਨੂੰ ਇਸ ਕਰਕੇ ਸਾਧ ਸੰਗਤ ਗੁਰੂ ਦੇ ਦਰ ਤੇ ਗਰੀਬ ਵੀ ਪਰਵਾਨ ਹੋ ਗਏ ਨਿਮਾਣੇ ਵੀ ਪਰਮਾਨ ਹੋ ਗਏ ਮਹਾਰਾਜ ਤੇ ਇਵੇਂਵੇਂ ਗੁਰੂ ਦੇ ਦਰ ਤੇ ਜਿਹੜੇ ਬਿਲਕੁਲ ਬੇਸੁਰਤ ਸਨ ਉਹ ਵੀ ਸੁਥਰੇ ਬਣ ਗਏ ਤਾਂ ਤਾਂ ਹੀ ਗੁਰੂ ਦਾ ਦਰ ਹੈ ਇਥੇ ਜਿਹੜੇ ਬਿਲਕੁਲ ਕੁਰੂਪ ਸਨ ਉਹਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਥਰਾ ਬਣਾਇਆ ਇਹ ਦਾਰ ਹੀ ਐਸਾ ਹੈ ਇਥੇ ਨਾ ਰੰਗ ਦਾ ਪਤਾ ਲੱਗਦਾ ਰੱਬ ਦੇ ਦਰ ਤੇ ਸਾਧ ਸੰਗਤ ਰੰਗ ਪਰਵਾਹ ਨਹੀਂ ਹੈ ਰੰਗ ਉਹਦਾ ਬਣਾਇਆ ਮਾਣੇ ਕਿ ਦੀ ਸਭ ਕੁਝ ਜਾਣੈ ਆਤਮ ਕੀ ਰਹਿਤ ਪਰਮਾਤਮਾ ਤੇ ਆਤਮਾ ਦੀ ਰਹਿਤ ਨੂੰ ਸਮਝਦਾ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਉਹ ਬੈਠੇ ਬੈਠਾ ਕਹਿੰਦਾ ਤਰ ਲੋਕੀ ਦੇ ਦਰਸ਼ਨ ਹੁੰਦੇ ਨੇ ਗੱਡਵੇ ਵਿੱਚ ਉਹਦੇ ਪੈਸੇ ਪਏ ਨੇ ਗੁਰੂ ਨਾਨਕ ਸਾਹਿਬ ਜੀ ਨੇ ਗੱਡਵਾ ਚੁੱਕਿਆ ਚੁੱਕੇ ਉਹਦੇ ਕਮਰ ਦੇ ਪਿੱਛੇ ਰੱਖ ਦਿੱਤਾ ਮਹਾਰਾਜ ਨੇ ਬਾਣੀਕ ਮਗਰ ਪਾਛੈ ਕਸ਼ੂਨਾ ਸੂਜ ਜਾਏ ਸੂਜ ਤੇ ਇਤਰਾਹ ਲੋਕ ਚੁੱਕੇ ਰੱਖ ਦਿੱਤਾ ਜਦੋਂ ਹੀ ਉਹਨੇ ਮਾੜੀਆਂ ਜਿਹਾ ਅੱਖਾਂ ਖੋਲ ਕੇ ਵੇਖ ਹੀ ਲੈਂਦਾ ਸੀ ਵਿੱਚ ਵਿੱਚ ਕਿੰਨਾ ਘਰ ਗਿਆ ਅੱਖਾਂ ਖੋਲੀਆਂ ਵੇਖਿਆ ਅੱਗੇ ਹੈ ਰੇ ਇਕਦਮ ਤਰਪ ਕੋਠਿਆ ਵੀ ਇਹਦੇ ਕਰਕੇ ਤੇ ਮੈਂ ਬੈਠਾ ਸੀ ਨਲੂ ਨਾਲ ਅਗ ਬੁਗਲਾ ਹੋ ਗਿਆ ਕਿੰਨੇ ਮੇਰਾ ਗੱਡਵਾ ਚੁੱਕੇ ਅੱਗੇ ਗੁਰੂ ਨਾਨਕ ਸਾਹਿਬ ਬੈਠੇ ਨੇ ਕਹਿੰਦੇ ਭਾਈ ਤੈਨੂੰ ਤ੍ਰਲੋਕੀ ਦੇ ਦਰਸ਼ਨ ਹੋ ਰਹੇ ਨੇ ਤੇ ਤਿੰਨਾ ਲੋਕਾਂ ਵਿੱਚ ਹੀ ਗੜਬਾ ਹੋਏਗਾ ਬਾਹਰ ਤੇ ਕਿਸੇ ਨੇ ਸੁਟਿਆ ਨਹੀਂ ਹੋਣਾ ਤੇ ਮੜਾ ਅੱਖਾਂ ਬੰਦ ਕਰ ਤ੍ਰਲੋਕੀ ਚੋਂ ਵਿਖ ਜਾਏਗਾ ਤ੍ਰਲੋਕੀ ਕਿਹੜਾ ਦੂਰ ਹੈ ਤੇਰੀ ਅੱਖਾਂ ਪਿੱਛੇ ਤੇ ਤ੍ਰਲੋਕੀ ਹੀ ਵਿਖ ਜਾਏਗਾ ਉੱਥੇ ਹੋਰ ਮਹਾਰਾਜ ਜੀ ਨਾਲ ਲੜਨ ਲੱਗਿਆ ਮਹਾਰਾਜ ਜੀ ਨੇ ਪਿੱਛੋਂ ਗੜਵਾ ਚਾ ਕੇ ਅੱਗੇ ਰੱਖਿਆ ਕਹਿੰਦੇ ਭਾਈ ਰਹਿਤ ਅਵਰ ਕਸ਼ ਅਵਰ ਕਮਾਵ ਗੱਲਾਂ ਤੋਂ ਧਾਰਮਿਕ ਕਰ ਰਹੇ ਆ ਆਪਣੇ ਅੰਦਰ ਦੇ ਦਿਲ ਨੂੰ ਤੇ ਪੁੱਛ ਜੋ ਤੂੰ ਕਹਿ ਰਿਹਾ ਹੈ ਕਿ ਇਹਦੇ ਕਾਬਲ ਤੂੰ ਹੈ ਸਾਧ ਸੰਗ ਦੇ ਮਨੁੱਖ ਸੁਣੀਆਂ ਸੁਣਾਈਆਂ ਗੱਲਾਂ ਕਰ ਸਕਦਾ ਜਿਹਨੂੰ ਮਹਾਰਾਜ ਕਹਿੰਦੇ ਨੇ ਕਿਸੇ ਨੂੰ ਪੁੱਛ ਕੇ ਵੇਖ ਲਓ ਰੱਬ ਕਿੱਡਾ ਵੱਡਾ ਸਾਰੇ ਕਹਣਗੇ ਬਹੁਤ ਵੱਡਾ ਹੈ ਜੇ ਇਹਨੂੰ ਪੁੱਛਿਆ ਜਾ ਤੂੰ ਵੇਖਿਆ ਵੇਖਿਆ ਕਦੇ ਨਹੀਂ ਫਿਰ ਵੱਡਾ ਕਿਵੇਂ ਹੈ ਜਿਹੜੀ ਚੀਜ਼ ਕਦੇ ਵੇਖੀ ਨਹੀਂ ਵੱਡੀ ਕਿਵੇਂ ਹੋ ਗਈ ਉਹ ਬਣ ਕੇ ਸੁਣ ਵੱਡਾ ਆਖਿਆ ਸਭ ਕੋਏ ਕੇਵਲ ਵੱਡਾ ਦਿੱਠਾ ਹੋਇਆ ਉਹ ਕਿੱਡਾ ਕੁ ਵੱਡਾ ਹੈ ਉਦੀ ਬੰਦਗੀ ਕੀਤੀ ਕਦੀ ਨਹੀਂ ਮਨੁੱਖ ਅਸਲ ਦੇ ਵਿੱਚ ਨਾ ਰੱਬ ਦੇ ਦਰ ਤੇ ਵੀ ਜਦੋਂ ਮਨੁੱਖ ਆਮ ਕਰਕੇ ਬੇਨਤੀ ਵੀ ਕਰਦਾ ਹੈ ਉਦੋਂ ਵੀ ਟਰਿਕ ਲਾਉਂਦਾ ਹੈ ਕਿ ਚਲੋ ਇੱਥੇ ਲੱਗ ਜੇ ਤੇ ਠੀਕ ਹੈ ਵੇ ਨਹੀਂ ਲੱਗਦੀ ਸਾਧ ਸੰਗਤ ਕਹਿੰਦੇ ਸੋਚਦਾ ਹੈ ਸਾਰੀਆਂ ਬੰਨਾਂ ਤੋਂ ਜਵਾਬ ਹੋ ਜਾਏ ਚਲੋ ਇੱਥੇ ਵੀ ਕਰਾ ਕੇ ਵੇਖ ਲਵੋ ਕਰਾ ਕੇ ਨਹੀਂ ਇੱਥੇ ਦੇ ਉਹਨਾਂ ਦੇ ਬੇੜੇ ਪਾਰ ਲੱਗਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਸ਼ਰਧਾ ਕਰਕੇ ਗੱਲਬਾਤ ਕੀਤੀ ਬਾਣੀ ਕਹਿੰਦੀ ਹੈ ਜੇਨ ਤੂੰ ਸੇਵਿਆ ਭਾਉ ਕਰ ਸੇਹ ਤੁਦ ਪਾਰ ਉਤਾਰਿਆ ਹੈ ਪ੍ਰਮਾਤਮਾ ਜਿਨ੍ਹਾਂ ਨੇ ਤੈਨੂੰ ਭਾਉ ਕਰਕੇ ਸਿਮਰਿਆ ਜਿਨ੍ਹਾਂ ਨੇ ਤੈਨੂੰ ਪ੍ਰੇਮ ਕਰਕੇ ਯਾਦ ਕੀਤਾ ਉਹਨਾਂ ਦੇ ਬੇੜੇ ਤੂੰ ਬੰਨੇ ਲਾਏ ਨੇ ਸਾਥ ਸੰਗਤ ਪ੍ਰਮਾਤਮਾ ਬਾਹਰ ਦੇ ਭੇਖ ਨਾਲ ਹੱਥ ਵਿੱਚ ਨਹੀਂ ਆਉਂਦਾ ਦੁਨੀਆ ਮਨੁੱਖ ਦਾ ਬਾਹਰੀ ਭੇਖ ਵੇਖਦੀ ਹੈ ਪ੍ਰਮਾਤਮਾ ਮਨੁੱਖ ਦਾ ਦਿਲ ਵੇਖਦਾ ਹੈ ਦੁਨੀਆ ਪ੍ਰਭਾਵਿਤ ਹੁੰਦੀ ਹੈ ਸਾਡੇ ਬਾਹਰੀ ਰੂਪ ਤੋਂ ਸਾਡੇ ਸਰੀਰ ਤੋਂ ਸਾਡੇ ਕੱਪੜਿਆਂ ਤੋਂ ਸਾਡੀਆਂ ਘੜੀਆਂ ਤੋਂ ਪਰਮਾਤਮਾ ਇਸ ਚੀਜ਼ ਤੋਂ ਪ੍ਰਭਾਵਿਤ ਨਹੀਂ ਹੁੰਦਾ ਉਹਦੇ ਵਾਸਤੇ ਰਾਜਾ ਤੇ ਰੰਕ ਬਰਾਬਰ ਨੇ ਉਹਦੇ ਵਾਸਤੇ ਸੋਨਾ ਤੇ ਚਾਂਦੀ ਬਰਾਬਰ ਨੇ ਉਹਦੇ ਵਾਸਤੇ ਹਾਸੇ ਤੇ ਰੋਣੇ ਬਰਾਬਰ ਨੇ ਉਹਦੇ ਵਾਸਤੇ ਕੋਈ ਵੀ ਚੀਜ਼ ਵੱਡੀ ਛੋਟੀ ਨਹੀਂ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਮਨੁੱਖ ਦਿਮਾਖੀ ਤੌਰ ਤੇ ਬਹੁਤ ਕੁਝ ਦੁਨੀਆ ਵਿੱਚ ਬੋਲ ਦਿੰਦਾ ਹੈ ਪਰ ਉਹ ਦੇ ਕਰਨੀ ਦੇ ਵਿੱਚ ਉਹ ਨਹੀਂ ਹੁੰਦਾ ਮੈਂ ਕਈ ਵਾਰੀ ਕਹਿੰਦਾ ਮਨੁੱਖ ਆਪਣੀ ਜ਼ਿੰਦਗੀ ਤੇ ਬੜੀ ਵਾਰੀ ਕਹਿ ਦਿੰਦਾ ਅਸੀਂ ਤੇ ਕਦੇ ਲੋਭ ਕੀਤਾ ਹੀ ਨਹੀਂ ਅਸੀਂ ਤੇ ਕਦੇ ਕ੍ਰੋਧ ਕੀਤਾ ਹੀ ਨਹੀਂ 2 ਮਿੰਟ ਦੇ ਵਿੱਚ ਉਹਦਾ ਪਤਾ ਲੱਗ ਜਾਂਦਾ ਲੋਭੀ ਹੈ ਕਿ ਕ੍ਰੋਧੀ ਹੈ 2 ਮਿੰਟ ਵਿੱਚ ਬਹੁਤੀ ਗੱਲ ਨਹੀਂ ਹੈ 2 ਮਿੰਟ ਦੇ ਵਿੱਚ ਕੋਈ ਗੁਰਦੁਆਰਾ ਹੀ ਬੈਠਾ ਹੈ ਉਹਨੂੰ ਕਹਿ ਦਿਓ ਉਹ ਕ੍ਰੋਧੀ ਆ ਉਰਾਂ ਬਸ ਨਾਲੋਂ ਨਾਲ ਹੀ ਆ ਜਾਏਗਾ ਕੋਈ ਜਾ ਰਿਹਾ ਹੈ ਜਦੋਂ ਵੀ ਲੋਭ ਦੀ ਗੱਲ ਚੱਲਦੀ ਹੈ ਮਨੁੱਖ ਆਪਣੇ ਆਪ ਨੂੰ ਨਹੀਂ ਸਮਝਦਾ ਤਾਂ ਹੀ ਤੇ ਇਹ ਬਦਲ ਨਹੀਂ ਸਕਿਆ ਜਿਸ ਦਿਨ ਮਨੁੱਖ ਨੇ ਆਪਣੇ ਆਪ ਨੂੰ ਸਮਝ ਲਿਆ ਮੇਰੇ ਅੰਦਰ ਕਮੀ ਹੈ ਉਸ ਦਿਨ ਹੀ ਬਦਲ ਜਾਏਗਾ ਹਜੇ ਤੱਕ ਬਦਲਾ ਕਿਉਂ ਨਹੀਂ ਹੈ ਕਾਰਨ ਇਹ ਹੈ ਹਜੇ ਤੈਨੂੰ ਇਵੇਂ ਲੱਗਦਾ ਹੈ ਆਪਣੀ ਕਥਨੀ ਥਾਣੀ ਮੈਂ ਗਲਤ ਨਹੀਂ ਹਾਂ ਕੋਈ ਵੀ ਮਨੁੱਖ ਆਪਣੇ ਆਪ ਨੂੰ ਜ਼ਿੰਦਗੀ ਵਿੱਚ ਗਲਤ ਨਹੀਂ ਸਮਝਦਾ ਕਾਮ ਦੀ ਗੱਲ ਚੱਲੇ ਕ੍ਰੋਧ ਦੀ ਗੱਲ ਚੱਲੇ ਲੋਭ ਦੀ ਗੱਲ ਚੱਲੇ ਮਨੁੱਖ ਸੋਚਦਾ ਮੈਂ ਲੋਭੀ ਨਹੀਂ ਹਾਂ ਦੂਜਾ ਕੋਈ ਲੋਬੀ ਹੈ ਕਿਉਂ